ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਰੀ ਗੁੱਡ ਈਵਨਿੰਗ। ਸੋ ਆਪਾਂ ਆਪਣੀ ਕਲਾਸ ਜਿਹੜੀ ਹੈ ਅੱਜ ਦੀ ਸਟਾਰਟ ਕਰਦੇ ਹਾਂ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ, ਠੰਡ ਤੋਂ ਬਚੇ ਹੋਵੋਗੇ ਤੇ ਵਧੀਆ ਤਰੀਕੇ ਨਾਲ ਪੜ੍ਹ ਰਹੇ ਹੋਵੋਗੇ। ਸੋ ਆਪਾਂ ਆਪਣੇ ਫਰਸਟ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਇੱਕ ਵਾਰੀ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਜੁਆਇਨ ਕਰ ਜਾਣ ਦਿਓ, ਔਰ ਜਿਹੜੇ ਅੱਜ ਤੁਸੀਂ ਕੁਐਸਚਨਸ ਦੇ ਆਨਸਰ ਕਰਨੇ ਨੇ ਪਹਿਲਾਂ ਤੁਸੀਂ ਖੁਦ ਕਰਨੇ ਨੇ, ਹਨਾ। ਬਹੁਤ ਸਾਰੇ ਬੱਚੇ ਮੈਨੂੰ ਇਹ ਕਹਿ ਰਹੇ ਸੀਗੇ ਕਿ ਮੈਮ ਥੋੜਾ ਜਿਹਾ ਮੌਕਾ ਦਿਆ ਕਰੋ, ਵੀ ਵਾਂਟ ਟੂ, ਹਨਾ, ਕਿ ਅਸੀਂ ਆਨਸਰ ਜ਼ਰੂਰ ਕਰਾਂਗੇ। ਸੋ ਇਹ ਬਹੁਤ ਵਧੀਆ ਗੱਲ ਆ, ਇਹ ਤੁਹਾਡੇ ਲਈ ਬਹੁਤ ਹੀ ਪੋਜ਼ਿਟਿਵ ਗੱਲ ਹੈਗੀ। ਤਾਂ ਪਹਿਲਾਂ ਮੈਂ ਤੁਹਾਨੂੰ ਕੁਐਸਚਨ ਦਿਖਾ ਕੇ ਇੱਕ ਮੌਕਾ ਦਊਂਗੀ, ਤੁਸੀਂ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਤੁਸੀਂ ਇੱਥੇ ਜਾਣੋਗੇ ਜੇ ਕਿ ਪੇਪਰ ਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਅਨਨੋਨ ਚੀਜ਼ ਮਿਲਦੀ ਹੈ ਤਾਂ ਤੁਸੀਂ ਕਿਹੜੇ ਕਿਹੜੇ ਤਰੀਕੇ ਉੱਥੇ ਕਿਹੜੇ ਕਿਹੜੇ ਹੱਥ ਕੰਡੇ ਉੱਥੇ ਅਪਣਾਉਣੇ ਨੇਗੇ, ਹਨਾ। ਤੇ ਬੇਸਿਕਲੀ ਤੁਸੀਂ ਫਸਟ ਕੁਐਸਚਨ ਤੋਂ ਵੀ ਸਕਰੀਨ ਤੇ ਦੇਖ ਸਕਦੇ ਹੋ। ਮੈਂ ਤੁਹਾਨੂੰ ਇੱਕ ਵਾਰੀ ਮੀਨਿੰਗ ਦੱਸ ਦਿੰਦੀ ਹਾਂ ਕਿ ਐਗਜ਼ਾਮੀਨਰ ਪੁੱਛਣਾ ਕੀ ਚਾਹ ਰਿਹਾ ਹੈ। ਵਨ ਹੂਜ਼ ਐਟੀਟਿਊਡ ਇਜ਼ ਈਟ ਡਰਿੰਕ ਐਂਡ ਬੀ ਮੈਰੀ, ਹਨਾ। ਤਾਂ ਮਤਲਬ ਜਿਹੜਾ ਬੰਦਾ ਜਿਹਦਾ ਐਟੀਟਿਊਡ ਜਿਹੜਾ ਮਤਲਬ ਪਰਸਨ ਦਾ ਐਟੀਟਿਊਡ ਇਸ ਤਰੀਕੇ ਦਾ ਵੀ ਖਾਓ ਪੀਓ ਤੇ ਐਸ਼ ਕਰੋ, ਹਨਾ। ਤਾਂ ਕਈ ਵਾਰੀ ਸਾਡੇ ਸਪੈਸਿਫਿਕ ਐਟੀਟਿਊਡ ਜਿਹੜਾ ਹੁੰਦਾ ਇਸ ਤਰੀਕੇ ਦਾ ਹੁੰਦਾ ਹੈਗਾ ਕਿ ਖਾਓ ਪੀਓ ਤੇ ਮੌਜ ਕਰੋ, ਹਨਾ। ਇਹ ਵਾਲਾ ਐਟੀਟਿਊਡ ਜਿਹੜਾ ਹੈਗਾ ਸਪੈਸਿਫਿਕਲੀ ਉਹਨਾਂ ਲੋਕਾਂ ਨੂੰ ਅਸੀਂ ਕੀ ਕਹਿੰਦੇ ਹਾਂ। ਹਾਂਜੀ ਹਾਂਜੀ, ਵੈਰੀ ਗੁੱਡ ਈਵਨਿੰਗ ਜੀ, ਵੈਰੀ ਗੁੱਡ ਈਵਨਿੰਗ। ਸਾਰੇ ਬੱਚੇ ਜੁਆਇਨ ਕਰਨਗੇ। ਸੋ ਮੀਨਿੰਗ ਸਮਝਦੇ ਹਾਂ ਅਸੀਂ ਇਸ ਚੀਜ਼ ਦਾ, ਮਤਲਬ ਕਿ ਇਸ ਚੀਜ਼ ਦਾ ਹੈ ਕਿ ਜਿਹੜੇ ਬੰਦੇ ਦਾ ਪਰਪਸ ਇਹ ਹੈ ਵੀ ਮਤਲਬ ਕੁਝ ਬਾਹਲਾ ਨਹੀਂ ਕਰਨਾ, ਸਿੰਪਲੀ ਖਾਣਾ ਪੀਣਾ ਹੈ ਤੇ ਬਸ, ਮਤਲਬ ਠੀਕ ਹੈ ਜਿਵੇਂ ਲਾਈਫ ਜਾ ਰਹੀ ਹੈ ਜਾ ਰਹੀ ਹੈ, ਕੋਈ ਬਾਹਲੇ ਐਫਰਟਸ ਨਹੀਂ ਕਰਨੇ, ਕੋਈ ਬਾਹਲੀਆਂ ਚੀਜ਼ਾਂ ਨਹੀਂ ਕਰਨੀਆਂ, ਸਿੰਪਲੀ ਕੀ ਕਰਨਾ ਹੈਗਾ, ਖਾਣਾ ਪੀਣਾ ਹੈ ਤੇ ਮੌਜ ਕਰਨੀ ਹੈ, ਹਨਾ। ਤਾਂ ਇਸ ਤਰੀਕੇ ਦੇ ਬੱਚੇ ਬੰਦੇ ਨੂੰ ਅਸੀਂ ਕੀ ਕਹਿੰਦੇ ਹਾਂ, ਇਸ ਤਰੀਕੇ ਦੇ ਪਰਸਨ ਨੂੰ ਅਸੀਂ ਕੀ ਕਹਿੰਦੇ ਹਾਂ। ਸੋ ਐਜ਼ ਆਈ ਟੋਲਡ ਯੂ, ਇੱਕ ਵਾਰੀ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ, ਆਫਟਰ ਦੈਟ ਮੈਂ ਤੁਹਾਨੂੰ ਜਿਹੜਾ ਕੁਐਸਚਨ ਆ ਉਹ ਕਰਵਾਉਂਗੀ। ਹਾਂਜੀ ਸਾਰੇ ਬੱਚੇ ਕਲੀਅਰ ਆ ਜੂਗੀ? ਆ ਕਿਰਨਦੀਪ, ਕਰਨ ਹੈ ਕਿ ਕਰਨਦੀਪ, ਸੋਰੀ ਕਿਰਨ ਨਹੀਂ ਕਰਨਦੀਪ। ਹਾਂਜੀ, ਵੌਇਸ ਕਲੀਅਰ ਆ ਜਾਏਗੀ ਰਜੇ? ਮੇਰੇ ਅਕੋਰਡਿੰਗਲੀ ਤਾਂ ਕਲੀਅਰ ਹੋਣੀ ਚਾਹੀਦੀ ਹੈ, ਤਾਂ 1-2 ਮਿੰਟ ਦੇਖਦੇ ਹਾਂ। ਹਾਂਜੀ, ਵੈਰੀ ਗੁੱਡ ਈਵਨਿੰਗ ਪੁਸ਼ਵਿੰਦਰ। ਹਾਂਜੀ ਪੁਸ਼ਵਿੰਦਰ ਸਰ, ਠੀਕ ਹੈ ਸਰ, ਠੀਕ ਹੈ, ਥੈਂਕ ਯੂ ਸੋ ਮਚ। ਠੀਕ ਹੈ, ਸੋ ਬੇਸਿਕਲੀ ਆਪਾਂ ਸਟਾਰਟ ਕਰਦੇ ਹਾਂ। ਅਜਿਹਾ ਪਰਸਨ ਜਿਹਦਾ ਐਟੀਟਿਊਡ ਹੋਵੇ ਕਿ ਖਾਓ ਪੀਓ ਤੇ ਐਸ਼ ਕਰੋ, ਸਭ ਤੋਂ ਪਹਿਲਾਂ ਤਾਂ ਆਪਾਂ 1-by-1 ਇਹਨਾਂ ਦੇ ਆਨਸਰਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਲਾਸਟ ਤੋਂ ਸਟਾਰਟ ਕਰੇ ਸਟੋਇਕ ਕੌਣ ਹੁੰਦਾਗਾ? ਇਹ ਚਾਰੋਂ ਹੀ ਵਰਡਸ ਕਾਫੀ ਜ਼ਿਆਦਾ ਇੰਪੋਰਟੈਂਟ ਨੇ, ਔਰ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਆਪਾਂ ਡਿਫਰੈਂਟਲੀ ਮੀਨਿੰਗਸ ਜਿਹੜੇ ਹੈਗੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਲਾਸਟ ਵਾਲੇ ਮੀਨਿੰਗ ਤੋਂ ਸਟਾਰਟ ਕਰਾਂਗੇ। ਵਟ ਇਜ਼ ਸਟੋਇਕ? ਸਟੋਇਕ ਦਾ ਮਤਲਬ ਕੀ ਹੁੰਦਾਗਾ? ਜਿਹੜਾ ਬੰਦਾ ਸਾਹਸੀ ਹੋਵੇ, ਡੇਰਿੰਗ ਪਰਸਨ ਹੋਵੇ ਜਿਹੜਾ, ਹਨਾ। ਤਾਂ ਮਤਲਬ ਮੈਂ ਤੁਹਾਨੂੰ ਇਹਦਾ ਮੀਨਿੰਗ ਜਿਹੜਾ ਹੈਗਾ ਕੁਛ ਇਸ ਤਰੀਕੇ ਦੇ ਨਾਲ ਇੰਗਲਿਸ਼ ਦੇ ਵਿੱਚ ਵੀ ਦੱਸੂਗੀ ਕਿ ਜਿਹੜਾ ਬੰਦਾ ਕਾਫੀ ਜ਼ਿਆਦਾ ਡੇਰਿੰਗ ਹੈ, ਜਿਹੜਾ ਬੰਦਾ ਕਾਫੀ ਜ਼ਿਆਦਾ ਡੇਰਿੰਗ ਹੈ, ਜਾਂ ਜਿਹੜਾ ਬੰਦਾ ਕਾਫੀ ਜ਼ਿਆਦਾ ਹਿੰਮਤੀ ਆ। ਤੁਸੀਂ ਦੇਖਿਆ ਹੋਣਾ ਹੈਗਾ ਕਿ ਤੁਹਾਡੇ ਚ ਤੁਹਾਡੇ ਦੋਸਤ ਮਿੱਤਰਾਂ ਦੇ ਵਿੱਚੋਂ ਕਾਫੀ ਲੋਕ ਅਜਿਹੇ ਹੁੰਦੇ ਨੇ ਜਿਹੜੇ ਥੋੜੇ ਡੇਰਿੰਗ ਹੁੰਦੇ ਨੇ, ਹਨਾ, ਜਿਹਨੂੰ ਵਧੀਆ ਲੱਗਦਾ, ਜਿਹੜੇ ਹਿੰਮਤੀ ਹੁੰਦੇ ਨੇ, ਮਤਲਬ ਕੁਛ ਇਸ ਤਰੀਕੇ ਦੀਆਂ ਚੀਜ਼ਾਂ ਸਪੈਸਿਫਿਕਲੀ ਕਰ ਦਿੰਦੇ ਨੇ। ਵੌਇਸ ਅਜੇ ਵੀ ਕਲੀਅਰ ਆਈ? ਵੇਟ ਵੇਟ ਅ ਸੈਕਿੰਡ, ਮੈਂ ਨਾ ਚੈੱਕ ਕਰਾਉਣੀ ਆ। ਵੇਟ ਵੇਟ ਕਰੋ ਥੋੜਾ ਜਿਹਾ, ਵੌਇਸ ਦੀ ਕਲੈਰਿਟੀ ਕਾਫੀ ਬੱਚੇ ਕਹਿ ਰਹੇ ਨੇ ਹੁਣ ਤਾਂ, ਹਨਾ। ਹਾਂਜੀ, ਬਾਕੀ ਬੱਚਿਆਂ ਨੂੰ ਕਲੈਰੀਫਾਈ ਆ ਵੌਇਸ? ਵੌਇਸ ਕਲੀਅਰ ਨਹੀਂ ਆ, ਪੁਸ਼ਪਿੰਦਰ ਕਹਿ ਰਹੀ ਆ ਵੌਇਸ ਕਲੀਅਰ ਨਹੀਂ ਆ। ਓਕੇ ਓਕੇ ਓਕੇ, ਆਲ ਟ੍ਰਾਈ, 1 ਮਿੰਟ ਰੁਕੋ ਬਸ, 1 ਮਿੰਟ ਮੈਂ ਸਰ ਨੂੰ ਕਨਫਰਮ ਕਰਦਾ ਆਵਾਜ਼। ਹਾਂਜੀ ਬੱਚਾ, ਜਸਟ ਵੇਟ ਅ ਸੈਕਿੰਡ, ਐਨੇ ਤੁਸੀਂ ਆਹ ਵਾਲੇ ਕੁਐਸਚਨਸ ਦੇ ਆਨਸਰਸ ਲੱਭਣ ਦੀ ਕੋਸ਼ਿਸ਼ ਕਰਨੀ ਹੈ, ਆਹ ਵਾਲੇ ਕੁਐਸਚਨਸ ਦੇ ਆਨਸਰਸ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਓਕੇ ਓਕੇ, ਮੈਂ ਕਹਿ ਰਹੀ ਹਾਂ, ਮੈਂ ਸੈਟਲ ਡਾਊਨ ਕਰ ਰਹੀ ਹਾਂ ਤੁਹਾਡੇ ਇਸ਼ੂ ਨੂੰ, ਜਸਟ ਵੇਟ। ਪਹਿਲੇ ਕੁਐਸਚਨਸ ਜਿਹੜੇ ਵਿੱਚ ਮੈਨੂੰ ਕਲੀਅਰਲੀ ਸੁਣ ਪਾ ਰਹੇ ਨੇ, ਫਸਟ ਕੁਐਸਚਨ ਨੂੰ ਐਨੇ ਤੁਸੀਂ ਸੋਲਵ ਕਰੋ, ਆਫਟਰ ਦੈਟ ਆਪਾਂ ਕੀ ਕਰਾਂਗੇ, ਆਪਣੀ ਵੌਇਸ ਕਲੈਰਿਟੀ ਜਿਹੜੀ ਹੈਗੀ ਉਹਨੂੰ ਠੀਕ ਕਰ ਲਾਂਗੇ, ਠੀਕ ਹੈ। ਹਾਂਜੀ, ਅਜੇ ਵੀ ਵਾਲੀਅਮ ਪ੍ਰੋਬਲਮ ਹੈ, ਅਜੇ ਵੀ ਵਾਲੀਅਮ ਪ੍ਰੋਬਲਮ ਹੈ, ਅਸੀਂ ਮੈਂ ਖੁਦ ਸੁਣ ਕੇ ਦੇਖ ਰਹੀ ਹਾਂ, ਸਰ ਸੁਣ ਕੇ ਦੇਖ ਰਹੇ ਨੇ, ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਵੌਇਸ ਸੈੱਟ ਆ ਰਹੀ ਹੈ, ਠੀਕ ਹੈ। ਤਾਂ 1 ਮਿੰਟ ਰੁਕੋ, ਵੇਟ ਕਰੋ ਥੋੜਾ ਜਿਹਾ 1 ਮਿੰਟ ਦੇ ਲਈ। ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ। ਸਮਝ ਆ ਰਹੀ ਹੈ? ਹੋਰ ਕੀ ਹੋ ਰਿਹਾ, ਹੋਰ ਕੀ ਪ੍ਰੋਬਲਮ ਆ ਰਹੀ ਹੈ, ਸਮਝ ਆ ਰਹੀ ਹੈ? ਪਰ ਇੱਕ ਆਪਾਂ ਕੰਮ ਚਲਾ ਰਹੇ, ਸ਼ਾਇਦ 1-2 ਮਿੰਟ ਦੇ ਵਿੱਚ ਆਟੋਮੈਟਿਕਲੀ ਚੀਜ਼ ਜਿਹੜੀ ਹੈਗੀ ਉਹ ਸੈੱਟ ਹੋ ਜੇ। 1-2 ਮਿੰਟ ਦੇ ਲਈ ਆਪਾਂ ਕੰਮ ਚਲਾਉਣੇ ਆ, ਠੀਕ ਹੈ। ਪੀਡੀਐਫ ਕਿੱਥੋਂ ਮਿਲੂਗੀ? ਟੈਲੀਗ੍ਰਾਮ ਤੇ, ਹਾਂ ਟੈਲੀਗ੍ਰਾਮ ਗਰੁੱਪ ਤੇ ਪੀਡੀਐਫ ਜ਼ਰੂਰ ਪਾਵਾਂਗੇ, ਹਨਾ। ਜਿੰਨੇ ਵੀ ਮੈਂ ਅੱਜ ਤੱਕ 1 ਵਰਡ ਸਬਸਟੀਟਿਊਸ਼ਨਸ ਕਰਾਏ ਨੇ ਵੀਡੀਓਜ਼ ਦੇ, ਉਹਨਾਂ ਸਭ ਦੇ ਜਿਹੜੇ ਕਹਿ ਲਓ ਕਿ ਤੁਹਾਨੂੰ ਕਹਿ ਲਓ ਕਿ ਪੀਡੀਐਫ ਨੇ, ਸਭ ਦੇ ਹੀ ਪ੍ਰੋਵਾਈਡ ਹੋਣਗੇ, ਠੀਕ ਹੈ।
हाँ जी, सो बेसिकली आप स्टार्ट करते, मेरे ख्याल आवाज का इशू चला गया। सो स्टोइक केड़ा हुंदा गा? हिम्मती, जिहड़ा बंदा डेयरिंग होवे। आपां नहीं कहंदे डेयर, डेयर का मतलब करना भी हिम्मत है ना, डेयरिंग जिहड़ा परसन है। ओके, आपां दोबारा सैट कर लैने, माइक सैट कर लैने। स्पीक लाउडली, मैं बहुत बहुत लाउडली बोल रही हूँ। अच्छा हम दसो, मैंने थोड़ा जा क्लैरिफाई हुआ, मैं माइक सामने लाया, शायद थोड़ा जा करके प्रॉब्लम हो गई, कई बार इधर उधर लग्या हुआ ना माइक, उधर करके इशू होंगे। दसो बच्चा, इज इट क्लियर नाउ? हूँ आवाज पूरी सैट आ रही है? सारे बच्चे आवाज सैट आ रही है? सही है, चलो हूँ आप समा खराब कर दे, क्लास के विच कॉन्सेंट्रेट करो। स्टोइक कौन हुंदा? जिहड़ा बंदा की हैगा डेयरिंग है, जिहड़ा बंदा साहसी है, जिहड़ा बंदा स्पेसिफिकली की हैगा एडवेंचरस आ, ब्रेव आ। इहदे सिनोनिम्स जरूर लिखने ने, आपां इहनूं की कह सकदे हां, एडवेंचरस कह सकदे हां, जां आपां की कह सकदे हां बहादुर आ, ब्रेव कह सकदे हां, जां आपां की कह सकदे हां डेयरिंग अ पर्सन, हिम्मती कह सकदे हां। ठीक है, सो आपां की कहा सेंटेंस दे विच की डिस्कशन हो रही है? वन हूज एटीट्यूड इज ईट ड्रिंक एंड टू बी मैरी, है ना? तो फिर स्ट्राइक तो नहीं हो सकता कि हिम्मत बंदे, हिम्मत बंदे का समाज यही कह रहे हैं कि स्पेसिफिकली भी जिंदगी हिम्मत करनी चाहिए, कुछ ना कुछ करना चाहिए, मेहनत करनी चाहिए, ना कि हिम्मत बंदे ऐ कह रहे हैं कि बह जाओ तो खा लो तो सौ जाओ, है ना? अगला पॉइंट समझते हैं, मटेरियलिस्टिक की होंगे। आप कह देंगे कि बंदे की सोच बहुत ज्यादा मटेरियलिस्टिक है, है ना? मटेरियलिस्टिक में तुसी पंजाबी दे विच बच्चा जब बोलोगे तो उन्हें बोलोगे भौतिकवादी। जिहड़ा बंदा बहुत ज्यादा मटेरियलिस्टिक हो, मतलब जिन्हें सिर्फ पैसे की या चीजा की पई हो, जिहड़ा मनी माइंडेड हो, बिल्कुल इहदा जिहड़ा सही शब्द है स्पेसिफिकली मटेरियलिस्टिक नूं असीं कह सकदे हां कि कोई भी परसन जिहड़ा की हो मनी माइंडेड हो, सिर्फ पैसे तक ध्यान हो, चीजा तक ध्यान हो, बहुत ज्यादा दिमाग या मन दे विच स्पेसिफिकली की हो रहा है। ओके ओके, वेट 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 वेट, खराब जा रही आवाज। हां जी हाँ जी रजे, एक बारी थोड़ा जा कंफर्म करो कि आ गई आवाज आज का, मतलब भी आवाज देखो चेक करो, आवाज आ रही है? गुड इवनिंग जी, गुड इवनिंग, गुड इवनिंग। ओके ओके, बच्चे कह रहे हैं कि आवाज क्लियर आ, सो ठीक है जी, ठीक है, कोई गल नहीं, आप उम्मीद है हुण दोबारा ये खराब ना हो, क्लीयर ही आवे। सो आप स्टार्ट करते हैं क्लास, ठीक है? हाँ जी गुड ईवनिंग, हो सकता आवाज त खराब आ रही हो, वीडियो लाइक नहीं की, देखो किन्ने जने ने लाइक की है, किन्ने ने नहीं की, ठीक है, तो भी आवाज खराब हो सकती है। हाँ जी क्लैरिफाई होया जी जी, ओके। सो मटेरियलिस्टिक कौन हुंदा? आपां नहीं कहिंदे वी बंदा यार बाला मटेरियलिस्टिक आ, मतलब बंदे दी बहुत ज्यादा भौतिकवादी सोच है, बंदा बहुत ज्यादा मनी माइंडेड आ, जां बहुत ज्यादा मनी ओरिएंटेड आ, जां बहुत ज्यादा कैपिटलिस्टिक है। जे आपां इहनूं इहदा सिनोनिम देखिए तां आपां की कह सकदे हां कि कैपिटलिस्टिक है। ਤਾਂ ਬੇਸਿਕਲੀ ਇਹ ਸ਼ਬਦ ਜਿਹੜੇ ਕਿ ਤੁਸੀਂ ਆਸਾਨੀ ਨਾਲ ਸਮਝਣੇ ਨੇ, ਜਦੋਂ ਵੀ ਤੁਸੀਂ ਇੰਗਲਿਸ਼ ਨੂੰ ਸਮਝਣਾ ਉਹਨੂੰ ਤੁਸੀਂ ਆਪਣੀ ਅੰਡਰਸਟੈਂਡਿੰਗ ਦੇ ਲਈ ਪੰਜਾਬੀ 'ਚ ਜ਼ਰੂਰ ਲਿਖ ਲੈਣਾ ਜਾਂ ਪੰਜਾਬੀ ਦੇ ਵਿੱਚ ਜ਼ਰੂਰ ਅੰਡਰਸਟੈਂਡ ਕਰ ਲੈਣਾ, ਬਟ ਉਹਦੇ ਆਸਾਨ ਸ਼ਬਦਾਂ ਨੂੰ ਅੰਗਰੇਜ਼ੀ ਦੇ ਵਿੱਚ ਵੀ ਸਮਝ ਲੈਣਾ, ਹੈ ਨਾ? ਸੋ ਜਿਹੜੇ ਬੰਦੇ ਨੂੰ ਪੈਸੇ ਦੀ ਬਹੁਤੀ ਜ਼ਿਆਦਾ ਪਰਵਾਹ ਹੋਵੇ, ਜਿਹੜੇ ਬੰਦੇ ਨੂੰ ਸਿਰਫ ਇਹ ਹੈ ਕਿ ਵੀ ਪੈਸਾ ਹੀ ਪੈਸਾ ਚਾਹੀਦਾ, ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਮਨੀ ਮਾਈਂਡਡ ਕਹਿ ਦਿੰਦੇ ਹਾਂ, ਮਟੀਰੀਅਲਿਸਟਿਕ ਕਹਿ ਦਿੰਦੇ ਹਾਂ। ਸਾਡਾ ਇਹ ਵੀ ਆਨਸਰ ਨਹੀਂ ਹੈਗਾ, ਸਾਡਾ ਇਹ ਵੀ ਆਨਸਰ ਨਹੀਂ ਹੈਗਾ। ਸਾਇਨਿਕ ਦੇਖੋ ਕੀ ਹੁੰਦਾ ਗਾ, ਇਹ ਬਹੁਤ ਜ਼ਿਆਦਾ ਕੁਐਸਚਨ
ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਸੈਨਿਕ ਕੀ ਹੁੰਦਾ ਹੈ। ਸੈਨਿਕ ਹੁੰਦਾ ਹੈ ਜੋ ਸਭ ਨੂੰ ਸਵਾਰਥੀ ਸਮਝਦਾ, ਮਤਲਬ ਜਿਹਦੇ ਕੋਈ ਫਿੱਟ ਨਹੀਂ ਆਉਂਦਾ। ਮਤਲਬ ਉਹ ਕੀ ਹੈ ਕਿ ਕੋਈ ਬੰਦਾ ਜਿੰਨਾ ਮਰਜ਼ੀ ਚੰਗਾ ਕਰੀ ਜਾਂਦਾ, ਜਿੰਨਾ ਮਰਜ਼ੀ ਵਧੀਆ ਕਰੀ ਜਾਂਦਾ, ਉਹਨੇ ਸਿਰਫ ਕੀ ਕਰਨੀ ਹੈ, ਉਹਨੇ ਨਿੰਦਿਆ ਕਰਨੀ ਹੈ। ਜਿਵੇਂ ਆਪਾਂ ਦੇਖਿਆ ਕਿ ਕਈ ਲੋਕ ਕੀ ਕਰਦੇ ਨੇ ਵੀ ਜਿਹੜਾ ਚੰਗਾ ਹੋ ਰਿਹਾ ਉਹਨੂੰ ਨਹੀਂ ਦੇਖਦੇ, ਜਿਹੜਾ ਮਾੜਾ ਹੋ ਰਿਹਾ ਉਹਨੂੰ ਫੜ ਕੇ ਉਹਨੂੰ ਨਿੰਦਣ ਲੱਗ ਜਾਂਦੇ ਨੇ। ਸੋ ਸੈਨਿਕ ਸ਼ਬਦ ਦਾ ਮਤਲਬ ਕੀ ਹੁੰਦਾ ਹੈ, ਜਿਹੜੇ ਲੋਕ ਨਿੰਦਕ ਹੁੰਦੇ ਨੇ। ਜਿਹੜੇ ਲੋਕ ਕੀ ਕਰਦੇ ਨੇ, ਜਿਹੜੇ ਲੋਕ ਕੀ ਹੁੰਦੇ ਨੇ, ਨਿੰਦਕ ਹੁੰਦੇ ਨੇ, ਹਨਾ। ਸੋ ਅਕੋਰਡਿੰਗ ਟੂ ਕੁਐਸਚਨ ਜੇ ਆਪਾਂ ਗੱਲ ਕਰੀਏ ਤਾਂ ਆਪਣਾ ਇਹ ਵੀ ਆਨਸਰ ਨਹੀਂ ਹੋ ਸਕਦਾ। ਹੁਣ ਲਾਸਟ ਤੇ ਆਪਣੇ ਕੋਲ ਇੱਕ ਵਰਡ ਬਚਿਆ ਹੈਗਾ ਜਿਹਦਾ ਮਤਲਬ ਐਪੀਕੁਰੀਅਨ। ਐਪੀਕੁਰੀਅਨ ਦਾ ਮਤਲਬ ਕੀ ਹੁੰਦਾ ਹੈ, ਜਿਹਦਾ ਇਹੀ ਪਰਪਸ ਹੈ ਵੀ ਖਾਓ, ਪੀਓ, ਸੌ ਜਾਓ, ਐਸ਼ ਕਰੋ, ਮੌਜਾਂ ਕਰੋ। ਸੋ ਸਾਡਾ ਆਨਸਰ ਅਕੋਰਡਿੰਗ ਟੂ ਕੁਐਸਚਨ ਕਿਹੜਾ ਆਉਣਾ ਹੈ, ਇਹ ਵਾਲਾ ਆਉਂਦਾ ਹੈ। ਮਟੀਰੀਅਲਿਸਟਿਕ ਭੌਤਿਕਵਾਦੀ ਹੈ, ਮਨੀ ਮਾਈਂਡਡ ਹੈ, ਮਨੀ ਓਰੀਐਂਟਡ ਹੈ, ਕੈਪੀਟਲਿਸਟ ਹੈ। ਸਟੋਇਕ ਕੀ ਹੁੰਦਾ, ਜਿਹੜੇ ਬੰਦੇ ਸਾਹਸੀ ਹੁੰਦੇ ਨੇ, ਡੇਰਿੰਗ ਹੁੰਦੇ ਨੇ, ਐਡਵੈਂਚਰਸ ਹੁੰਦੇ ਨੇ, ਬ੍ਰੇਵ ਹੁੰਦੇ ਨੇ। ਸੈਨਿਕ ਕੀ ਹੁੰਦਾ ਬੱਚਾ, ਜਿਹੜੇ ਲੋਕ ਨਿੰਦਕ ਨੇ, ਜਿਹੜੇ ਕਿਸੇ ਚੰਗੇ ਨੂੰ ਨਹੀਂ ਦੇਖਦੇ, ਥੋੜਾ ਜਿਹਾ ਖਰਾਬ ਹੈ ਉਹਨੂੰ ਦੇਖ ਕੇ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਨੇ। ਸੋ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਨਿੰਦਕ ਕਹਿੰਦੇ ਹਾਂ। ਬਿਲਕੁਲ ਜੀ, ਇਹ ਆਨਸਰ ਇਜ਼ ਦਾ ਰਾਈਟ ਆਨਸਰ। ਚਲੋ ਅਗਲੇ ਸਵਾਲ ਤੇ ਚੱਲਦੇ ਹਾਂ। ਪਹਿਲਾਂ ਤੁਹਾਨੂੰ ਮੌਕਾ ਦਿੱਤਾ ਜਾਂਦਾ ਸੈਕਿੰਡ ਕੁਐਸਚਨ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ। ਸੈਕਿੰਡ ਕੁਐਸਚਨ ਅਟੈਂਪਟ ਕਰਨਾ, ਇੱਕ ਵਾਰੀ ਜਸਟ ਆਪਾਂ ਇਹਦਾ ਮੈਂ ਤੁਹਾਨੂੰ ਇਹਦਾ ਕੁਐਸਚਨ ਪੜ੍ਹ ਕੇ ਸੁਣਾ ਦਿੰਦੀ ਹਾਂ ਕਿ ਕੀ ਹੈ। ਰੀਪ੍ਰੋਡਿਊਸਿੰਗ ਔਰ ਮੈਮੋਰਾਈਜ਼ਿੰਗ ਵਰਡ ਫਾਰ ਵਰਡ। ਜੀ, ਰੀਪ੍ਰੋਡਿਊਸਿੰਗ ਔਰ ਮੈਮੋਰਾਈਜ਼ਿੰਗ ਵਰਡ ਫਾਰ ਵਰਡ। ਜੀ ਜੀ, ਠੀਕ ਹੈ ਬੱਚਾ, ਠੀਕ ਹੈ ਰਮਨ, ਠੀਕ ਹੈ। ਸੋ ਇਹਨਾਂ ਨੂੰ ਸੋਲਵ ਕਰਨਾ, ਇਹਨਾਂ ਦੇ ਸੋਲਿਊਸ਼ਨਸ ਜਿਹੜੇ ਹੈਗੇ ਨੇ ਦੇਣੇ ਨੇ। ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਦਾ ਸ਼ਬਦ ਮਿਲ ਰਿਹਾ, ਜਿਹੜੇ ਬੱਚਿਆਂ ਨੇ ਪਹਿਲਾਂ ਕਲਾਸਸ ਲਾਈਆਂ ਹੋਈਆਂ ਨੇ ਉਹਨਾਂ ਨੂੰ ਵਰਬੋਜ਼ ਦਾ ਸ਼ਬਦ ਦਾ ਮੀਨਿੰਗ ਪਤਾ ਹੋਣਾ। ਅਸੀਂ ਵਰਬੋਜ਼ ਸ਼ਬਦ ਕਾਫੀ ਜ਼ਿਆਦਾ ਵਾਰੀ ਡਿਸਕਸ਼ਨ ਚ ਲੈ ਕੇ ਆਏ ਹਾਂ। ਸੋ ਕਾਫੀ ਬੱਚਿਆਂ ਦਾ ਆਨਸਰ, ਹਾਂਜੀ ਪੁਸ਼ਪਿੰਦਰ ਦਾ ਆਨਸਰ ਆਇਆ, ਦੈਟ ਇਜ਼ ਏ ਆਨਸਰ, ਹਨਾ। ਪੁਸ਼ਪਿੰਦਰ ਦਾ ਆਨਸਰ ਆਇਆ, ਇਹ ਆਨਸਰ। ਔਰ ਪੁਸ਼ਪਿੰਦਰ ਬ੍ਰਿਲੀਅੰਟਲੀ ਗੁੱਡ ਰਜੇ, ਡੈਫੀਨੇਟਲੀ ਇਸ ਕੁਐਸਚਨ ਦਾ ਆਨਸਰ ਕੀ ਆਉਣਾ ਹੈਗਾ, ਵਰਬੇਟਿਮ, ਵਰਬੇਟਿਮ ਆਣਾ। ਕੀ ਆਨਸਰ ਆਣਾ? ਵਰਬੇਟਿਮ ਆਣਾ, ਠੀਕ ਹੈ। ਸੋ ਜੇ ਆਪਾਂ ਕਹਿੰਦੇ ਡੀ ਆਨਸਰ ਨਹੀਂ ਆਣਾ ਰਜੇ, ਸ਼੍ਰੇਆ ਨੂੰ, ਠੀਕ ਹੈ। ਵਰਬੇਟਿਮ ਦਾ ਮਤਲਬ ਕੀ ਹੁੰਦਾ ਹੈ, ਜਿਹੜੀ ਚੀਜ਼ ਕੀ ਕਰੀ ਜਾ ਸਕਦੀ ਆ, ਜਿਹੜੀ ਚੀਜ਼ ਕੀ ਕਰੀ ਜਾ ਸਕਦੀ ਆ, ਬੋਲੀ ਜਾ ਸਕਦੀ ਹੈ ਜਾਂ ਲਿਖੀ ਜਾ ਸਕਦੀ ਹੈ। ਐਸ ਇਟ ਇਜ਼, ਐਗਜੈਕਟਲੀ ਐਸ ਇਟ ਵਾਸ ਸਪੋਕਨ ਔਰ ਰਿਟਨ, ਜਿਵੇਂ ਬੋਲੀ ਗਈ ਹੈ। ਹੁਣ ਦੇਖੋ ਪਹਿਲਾਂ ਕੁਐਸਚਨ ਦਾ ਮੀਨਿੰਗ ਸਮਝੋ। ਰੀਪ੍ਰੋਡਿਊਸਿੰਗ ਔਰ ਮੈਮੋਰਾਈਜ਼ਿੰਗ ਵਰਡ ਫਾਰ ਵਰਡ, ਮਤਲਬ ਜਮਾ ਡਿਟੋ ਚੀਜ਼ਾਂ ਨੂੰ ਯਾਦ ਕਰਨਾ। ਜਿਹੜੀ ਲਿਖੀ ਹੋਈ ਚੀਜ਼ ਤੁਸੀਂ ਪੜ੍ਹ ਲੈਂਦੇ ਹੋ ਉਹਨੂੰ ਜਮਾ ਵਰਡ ਟੂ ਵਰਡ ਪੁੱਟ ਕਰ ਦੇਣਾ, ਜਾਂ ਜਿਹੜੀ ਚੀਜ਼ ਤੁਸੀਂ ਕਿਸੇ ਤੋਂ ਸੁਣ ਲੈਂਦੇ ਹੋ ਉਹਨੂੰ ਬਿਲਕੁਲ ਵਰਡ ਟੂ ਵਰਡ ਉਵੇਂ ਜਿਵੇਂ ਐਸ ਇਟ ਇਜ਼ ਪੁੱਟ ਕਰ ਦੇਣਾ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਵਰਬੈਟਿਮ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਵਰਬੈਟਿਮ ਕਹਿੰਦੇ ਹਾਂ। ਦੁਬਾਰਾ ਫਿਰ ਕੁਐਸਚਨ ਦਾ ਮੀਨਿੰਗ ਸਮਝੋ। ਰੀਪ੍ਰੋਡਿਊਸ ਕਰਨਾ ਜਾਂ ਕਿਸੇ ਚੀਜ਼ ਨੂੰ ਯਾਦ ਕਰਨਾ ਵਰਡ ਫਾਰ ਵਰਡ, ਜਮਾ ਉਵੇਂ ਦੀ ਉਵੇਂ, ਜਮਾ ਡਿਟੋ ਉਸ ਤਰੀਕੇ ਨਾਲ ਚੀਜ਼ਾਂ ਯਾਦ ਕਰ ਲੈਣੀਆਂ, ਦਿਸ ਇਜ਼ ਵਰਬੈਟਿਮ, ਠੀਕ ਹੈ। ਐਗਜੈਕਟਲੀ ਐਸ ਇਟ ਵਾਸ ਸਪੋਕਨ ਔਰ ਰਾਈਟ। ਅਗਲਾ ਵਰਬੋਜ਼ ਦਾ ਸਭ ਨੂੰ ਪਤਾ ਹੋਣਾ ਹੈਗਾ, ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਤੋਂ ਜ਼ਿਆਦਾ ਸ਼ਬਦਾਂ ਦੇ ਵਿੱਚ ਕਹਿ ਪਾਈਏ। ਆਪਾਂ ਦੇਖਿਆ ਹੋਣਾ ਹੈਗਾ ਕਿ ਕਈ ਲੋਕ ਕੀ ਕਰਦੇ ਨੇ ਕਿ ਇੱਕ ਚੀਜ਼ ਨੂੰ 10 ਤਰੀਕੇ ਨਾਲ, 5 ਤਰੀਕੇ ਨਾਲ ਕਹਿ ਲੈਂਦੇ ਨੇ, ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ, ਵਰਬੋਜ਼ ਕਹਿੰਦੇ ਹਾਂ। ਜਿਹਨੂੰ ਤੁਸੀਂ ਕੀ ਬੋਲਦੇ ਹੋ, ਵਰਡੀ ਬੋਲਦੇ ਹੋ। ਬਹੁਤ ਸੋਹਣੇ ਸ਼ਬਦ ਨੇ ਔਰ ਬਹੁਤ ਜ਼ਿਆਦਾ ਫਰੈਸ਼ ਵਰਡਸ ਨੇ ਜੇ ਆਪਾਂ ਇਹਨਾਂ ਦੀ ਗੱਲ ਕਰੀਏ। ਅਗਲਾ ਕੀ ਹੈ? ਵਰਬੀਏਜ। ਵਰਬੀਏਜ ਦਾ ਮਤਲਬ ਕੀ ਹੁੰਦਾ ਹੈ? ਐਕਸੈਸਿਬਲੀ ਲੈਂਥੀ, ਜਿਹੜੀ ਚੀਜ਼ ਐਕਸੈਸਿਬਲੀ ਲੈਂਥੀ ਹੈ। ਲੈਂਥੀ ਸਮਝਦੇ ਹੋ? ਜਿਹੜੀ ਚੀਜ਼ ਐਕਸੈਸਿਬਲੀ ਲੈਂਥੀ ਹੈ ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ? ਵਰਬੀਏਜ ਬੋਲ ਦਿੰਦੇ ਹਾਂ। ਐਕਸੈਸਿਬਲੀ ਲੈਂਥੀ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ? ਹਾਂਜੀ, ਪਹਿਲਾ ਆਨਸਰ ਸਹੀ ਹੈ ਰਾਜੇ, ਪਹਿਲਾ ਆਨਸਰ। ਅਗਲਾ ਪੁਆਇੰਟ ਹੈ ਵਰਬਲਿਜ਼ਮ। ਵਰਬਲਿਜ਼ਮ ਵਰਬਲ ਤੋਂ ਨਿਕਲਿਆ ਹੋਇਆ। ਵਰਬਲ ਦਾ ਮਤਲਬ ਕੀ ਹੁੰਦਾ? ਮੌਖਿਕ। ਤੋਂ ਵਰਬਲਿਜ਼ਮ ਦਾ ਮਤਲਬ ਕੀ ਹੋ ਗਿਆ? ਮੌਖਿਕਵਾਦ। ਵਰਬਲਿਜ਼ਮ ਦਾ ਕੀ ਆਨਸਰ ਹੋ ਗਿਆ? ਮੌਖਿਕਵਾਦ। ਮੌਖਿਕ ਭਾਸ਼ਾ ਸਮਝਦੇ ਹੋ? ਮੌਖਿਕ ਰੂਪ, ਵਰਬਲ ਰੂਪ, ਬੋਲਣ ਵਾਲਾ ਰੂਪ, ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ? ਇਹਨੂੰ ਅਸੀਂ ਕੀ ਬੋਲਦੇ ਹਾਂ? ਵਰਬਲਿਜ਼ਮ ਬੋਲਦੇ ਹਾਂ। ਸੋ ਜਦੋਂ ਕਿਸੇ ਸ਼ਬਦ ਨੂੰ ਐਜ਼ ਇਟ ਇਜ਼ ਹੀ ਯਾਦ ਕਰ ਲਿਆ ਜਾਂਦਾ ਹੈ ਜਾਂ ਐਜ਼ ਇਟ ਇਜ਼ ਹੀ ਰੀਪ੍ਰੋਡਿਊਸ ਕੀਤਾ ਜਾਂਦਾ ਹੈ ਜਿਵੇਂ ਕਿਹਾ ਗਿਆ, ਉਹਨੂੰ ਅਸੀਂ ਕੀ ਬੋਲਦੇ ਹਾਂ? ਵਰਬੈਟਮ। ਜਿਵੇਂ ਆਪਾਂ ਡਿਟੋ ਉਵੇਂ ਰੱਟਾ ਲਾ ਲਈਏ ਜਿਵੇਂ ਦਾ ਜਿਵੇਂ ਹੈ, ਤਾਂ ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ? ਵਰਬੋਟਮ ਕਹਿੰਦੇ ਹਾਂ, ਠੀਕ ਹੈ। ਹਾਂਜੀ, ਅਗਲੇ ਕੁਐਸਚਨ ਤੇ ਚੱਲਦੇ ਹਾਂ, ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ। ਨੈਕਸਟ ਕੁਐਸਚਨ ਪੜ੍ਹਨਾ ਸਭ ਤੋਂ ਪਹਿਲਾਂ, ਫਿਰ ਆਨਸਰ ਕਰਨਾ। ਹਾਂਜੀ ਬੱਚਾ, ਨੈਕਸਟ ਕੁਐਸਚਨ ਪੜ੍ਹ ਕੇ ਫਿਰ ਆਨਸਰ ਕਰਨਾ। ਕੀ ਨੇ? ਮੈਂ ਟੈਲੀਗ੍ਰਾਮ ਦਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਪਾਇਆ ਹੋਣਾ ਹੈਗਾ, ਠੀਕ ਹੈ। ਹਾਂਜੀ, ਵਰਬਲ ਜ਼ੁਬਾਨੀ, ਉਹੀ ਮੌਖਿਕ ਬੋਲਣਾ, ਉਹੀ ਚੀਜ਼ ਆ, ਠੀਕ ਹੈ। ਥਰਡ ਕੁਐਸਚਨ ਦਾ ਆਨਸਰ ਲੱਭਣਾ ਸਾਰੇ ਬੱਚਿਆਂ ਨੇ।
ਹਾਂਜੀ ਥਰਡ ਕੁਐਸਚਨ ਦਾ ਕੁਐਸਚਨ ਸਮਝਾ ਦਿੰਨੀ ਆ ਦ ਪਰਸਨ ਹੂ ਸਨੀਰਸ ਐਟ ਦ ਏਮਸ ਐਂਡ ਬਿਲੀਵਸ ਆਫ ਹਿਸ ਫਾਲੋ ਮੈਨ ਮਤਲਬ ਜਿਹੜਾ ਆਪਣੇ ਕਿਸੇ ਵੀ ਸਾਥੀ ਦੀ ਕਿਸੇ ਵੀ ਸਾਥੀ ਜਾਂ ਕਿਸੇ ਨਾਲ ਦਾ ਜਾਂ ਕੋਈ ਦੋਸਤ ਮਿੱਤਰ ਫਾਲੋ ਮੈਨ ਜਿਹੜਾ ਤੁਹਾਡੇ ਨਾਲ ਹੈ ਜਾਂ ਦੋਸਤ ਆ ਜਾਂ ਮਿੱਤਰ ਹੈ ਜਾਂ ਸਾਥੀ ਹੈ ਸਨੀਰਸ ਕੀ ਹੁੰਦਾ ਮਜ਼ਾਕ ਉਡਾਉਣਾ ਸਨੀਰਸ ਦਾ ਮਤਲਬ ਕੀ ਹੁੰਦਾ ਮਜ਼ਾਕ ਉਡਾਉਣਾ ਅਜਿਹਾ ਬੰਦਾ ਜਿਹੜਾ ਆਪਣੇ ਸਾਥੀ ਦੇ ਏਮਸ ਤੇ ਬਿਲੀਫਸ ਦਾ ਮਜ਼ਾਕ ਉਡਾਉਂਦਾ ਰਹਿੰਦਾ ਹੈਗਾ ਆਪਣੇ ਹੀ ਨਾਲ ਦੇ ਬੰਦੇ ਦਾ ਮਜ਼ਾਕ ਉਡਾਉਂਦਾ ਰਹਿੰਦਾ ਉਹਨੂੰ ਅਸੀਂ ਕੀ ਬੋਲਦੇ ਹਾਂ ਹਾਂਜੀ ਮਤਲਬ ਮਜ਼ਾਕ ਉਡਾਉਂਦਾ ਰਹਿੰਦਾ ਹੈ ਜਾਂ ਫਿਰ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਨਿੰਦਿਆ ਕਰਦਾ ਰਹਿੰਦਾ ਹੈ ਜਾਂ ਫਿਰ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ ਨਿੰਦਿਆ ਕਰਦਾ ਰਹਿੰਦਾ ਹੈ ਮਤਲਬ ਉਹਦੇ ਕੋਈ ਚੀਜ਼ ਫਿੱਟ ਹੀ ਨਹੀਂ ਬਹਿੰਦੀ ਚਾਹੇ ਉਹਦਾ ਦੋਸਤ ਕਰ ਲਏ ਚਾਹੇ ਉਹਦਾ ਮਿੱਤਰ ਕਰ ਲਏ ਚਾਹੇ ਆਲੇ ਦੁਆਲੇ ਕੁਛ ਵੀ ਲੋਕ ਕਰ ਰਹੇ ਹੋਣ ਤਾਂ ਹਰ ਇੱਕ ਚੀਜ਼ ਦੀ ਨਿੰਦਿਆ ਕਰਨੀ ਹਰ ਇੱਕ ਚੀਜ਼ ਦੀ ਸਪੈਸੀਫਿਕਲੀ ਮਤਲਬ ਉਹ ਚ ਦੋਸ਼ ਲੱਭਣੇ ਉਹਨੂੰ ਅਸੀਂ ਕੀ ਕਹਾਂਗੇ ਹੁਣ ਆਪਾਂ ਇੱਕ ਪੁਆਇੰਟ ਪੜ੍ਹ ਕੇ ਆਏ ਹਾਂ ਰਾਜੇ ਸਾਰੇ ਜਣੇ ਕਿ ਆਪਣੇ ਕੋਲੇ ਬਿਲਕੁਲ ਬੱਚਿਆਂ ਦੇ ਆਨਸਰਸ ਆਣੇ ਸਟਾਰਟ ਹੋ ਗਏ ਬ੍ਰਿਲੀਅੰਟਲੀ ਗੁੱਡ ਆਨਸਰ ਇਜ਼ ਸਾਈਨਿਕ ਆਪਾਂ ਹੁਣੇ ਪੜ੍ਹ ਕੇ ਹਟੇ ਯਾਰ ਲਾਸਟ ਫਸਟ ਦੇ ਵਿੱਚ ਆਪਾਂ ਨੇ ਕੀ ਪੜ੍ਹਿਆ ਸੀਗਾ ਕਿ ਸਾਈਨਿਕ ਦਾ ਮਤਲਬ ਕੀ ਹੁੰਦਾ ਨਿੰਦਾ ਕਰਨ ਵਾਲਾ ਨਿੰਦਕ ਜਿਹੜਾ ਕਿਸੇ ਚੀਜ਼ ਨੂੰ ਐਪਰੀਸ਼ੀਏਟ ਹੀ ਨਹੀਂ ਕਰ ਸਕਦਾ ਜਿਹੜਾ ਕਿਸੇ ਚੀਜ਼ ਨੂੰ ਸਹੀ ਕਹਿ ਹੀ ਨਹੀਂ ਸਕਦਾ ਚਾਹੇ ਉਹਦੇ ਨਾਲ ਦੇ ਉਹਨੇ ਹਮੇਸ਼ਾ ਉਹਦੇ ਵਾਸਤੇ ਗਲਤ ਬੋਲਣਾ ਮਜ਼ਾਕ ਉਡਾਉਣਾ ਨਿੰਦਿਆ ਕਰਨੀ ਦਿਸ ਪਰਸਨ ਇਜ਼ ਸਾਈਨਿਕ ਹਨਾ ਸਕਾਲਰ ਤੁਸੀਂ ਸਾਰੇ ਜਣੇ ਸਮਝਦੇ ਹੋ ਸਕਾਲਰ ਸ਼ਬਦ ਨੂੰ ਸਮਝਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਹੁਣ ਇਹਨਾਂ ਦੋਵਾਂ ਸ਼ਬਦਾਂ ਨੂੰ ਸਮਝੋ ਇਹ ਜਿਹੜੇ ਦੋ ਸ਼ਬਦ ਨੇ ਇਹਨਾਂ ਦੇ ਕੀ ਮਤਲਬ ਹੁੰਦੇ ਨੇ ਸਭ ਤੋਂ ਪਹਿਲਾ ਸ਼ਬਦ ਹੈ ਬੈਲੀਗਰੈਂਟ ਬੈਲੀਗਰੈਂਟ ਦਾ ਮਤਲਬ ਹੁੰਦਾ ਲੜਾਕਾ ਬੰਦਾ ਬੈਲੀਗਰੈਂਟ ਦਾ ਮਤਲਬ ਕੀ ਹੁੰਦਾ ਲੜਾਕਾ ਬੰਦਾ ਇੱਕ ਤਾਂ ਬੰਦਾ ਹੈਗਾ ਕਿ ਫਰੈਂਡਲੀ ਹੋ ਗਿਆ ਤੁਹਾਡੇ ਨਾਲ ਇੱਕ ਬੰਦਾ ਹੈ ਕਿ ਤੁਹਾਡੇ ਨਾਲ ਟੋਟਲੀ ਜਾਂ ਕਿਸੇ ਨਾਲ ਵੀ ਕੀ ਹੈ ਅਨਫਰੈਂਡਲੀ ਹੈ ਸੋ ਆਪਾਂ ਬੈਲੀਗਰੈਂਟ ਨੂੰ ਕੀ ਕਹਿ ਸਕਦੇ ਹਾਂ ਅਨਫਰੈਂਡਲੀ ਕਹਿ ਸਕਦੇ ਹਾਂ ਜਿਹੜਾ ਲੜਾਕਾ ਲੜਾਈ ਕਰਦਾ ਜਿਹਦੀ ਕਿਸੇ ਨਾਲ ਨਹੀਂ ਬਣਦੀ ਜਿਹਨੂੰ ਤੁਸੀਂ ਅਨਫਰੈਂਡਲੀ ਕਹਿ ਸਕਦੇ ਹੋ ਔਰ ਕਈ ਵਾਰੀ ਐਗਜ਼ਾਮਿਨਰ ਇਹਦਾ ਸਿਨੋਨੀਅਮ ਅਗਰੈਸਿਵ ਵੀ ਯੂਜ਼ ਕਰਦਾ ਇਹਦਾ ਸਿਨੋਨੀਅਮ ਕਿਹੜਾ ਯੂਜ਼ ਕਰਦਾ ਅਗਰੈਸਿਵ ਗੁੱਸੇ ਵਾਲਾ ਮਤਲਬ ਅਕੜ ਅਕੜ ਕੇ ਰਹਿੰਦਾ ਜਿਹੜਾ ਬੰਦਾ ਉਹਨੂੰ ਵੀ ਤੁਸੀਂ ਬੈਲੀਗਰੈਂਟ ਕਹਿ ਸਕਦੇ ਹੋ ਠੀਕ ਹੈ ਸੋ ਬੈਲੀਗਰੈਂਟ ਕੀ ਹੋ ਗਿਆ ਲੜਾਕਾ ਹੋ ਗਿਆ ਬੱਚਾ ਜਿਹੜਾ ਅਨਫਰੈਂਡਲੀ ਆ ਜਿਹੜਾ ਅਗਰੈਸਿਵ ਹੈ ਆਈਕੋਨੋਕਲਿਸਟ ਸੌਰੀ ਆਈਕੋਨੋਕਲਾਸਟ ਕੀ ਹੁੰਦਾ ਹਾਂਜੀ ਆਈਕੋਨੋਕਲਾਸਟ ਕੀ ਹੁੰਦਾ ਜੋ ਬੰਦਾ ਰੂੜੀਵਾਦੀ ਸੋਚ ਦਾ ਨਾ ਹੋਵੇ ਮਤਲਬ ਰੂੜੀਵਾਦੀ ਸੋਚ ਦਾ ਮਤਲਬ ਕੀ ਹੁੰਦਾ ਗਾ ਰੂੜੀਵਾਦੀ ਲੋਕ ਕੌਣ ਹੁੰਦੇ ਨੇ ਜਿਹੜੇ ਕਿਸੇ ਮਤ ਕੇ ਦੇ ਕਿਸੇ ਵਿਸ਼ਵਾਸ ਜਾਂ ਕਿਸੇ ਧਾਰਮਿਕ ਰੀਤੀ ਰਿਵਾਜਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਜਿਹੜਾ ਤਾਂ ਕੋਨੋਕਲਾਸਟ ਹੁੰਦਾ ਤਾਂ ਰੂੜੀਵਾਦੀ ਹੁੰਦਾ ਰੂੜੀਵਾਦੀ ਦਾ ਮਤਲਬ ਕੀ ਹੋਇਆ ਕਿ ਕਿਸੇ ਰੀਤ ਪਿੱਛੋਂ ਚੱਲੀ ਆਈ ਕਿਸੇ ਟ੍ਰੈਡੀਸ਼ਨ ਦੇ ਵਿੱਚ ਵਿਸ਼ਵਾਸ ਕਰਨਾ ਤੇ ਜਦੋਂ ਇਹਦੇ ਮੂਹਰੇ ਆਈਕੋਨੋਕਲਾਸਟ ਲੱਗ ਗਿਆ ਤੇ ਇਹਦਾ ਮਤਲਬ ਉਹ ਹੈ ਕਿ ਜਿਹੜਾ ਬੰਦਾ ਕਿਸੇ ਵੀ ਧਰਮ ਨੂੰ ਕਿਸੇ ਵੀ ਗਾਥਾ ਨੂੰ ਕਿਸੇ ਵੀ ਧਾਰਮਿਕ ਰੀਤੀ ਰਿਵਾਜ ਨੂੰ ਕਿਸੇ ਵੀ ਵਿਸ਼ਵਾਸ ਨੂੰ ਬਿਲਕੁਲ ਵੀ ਨਹੀਂ ਮੰਨਦਾ ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ ਆਈਕੋਨੋਕਲਾਸਟ ਬੋਲਦੇ ਹਾਂ ਤਾਂ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ ਕ੍ਰਿਟਿਕ ਕਹਿ ਸਕਦੇ ਹਾਂ ਜਿਹੜਾ ਬੰਦਾ ਕ੍ਰਿਟੀਸਾਈਜ਼ ਕਰਦਾ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ ਕ੍ਰਿਟਿਕ ਕਹਿ ਸਕਦੇ ਹਾਂ ਮਤਲਬ ਪੁਰਾਣੇ ਰੀਤੀ ਰਿਵਾਜਾਂ ਨੂੰ ਪੁਰਾਣੇ ਵਿਸ਼ਵਾਸਾਂ ਨੂੰ ਪੁਰਾਣੀਆਂ ਧਾਰਨਾਵਾਂ ਨੂੰ ਨਾ ਮੰਨਣਾ ਕ੍ਰਿਟੀਸਾਈਜ਼ ਕਰਨਾ ਤੈਨੂੰ ਅਸੀਂ ਕੀ ਕਹਿ ਸਕਦੇ ਹਾਂ ਕ੍ਰਿਟਿਕ ਕਹਿ ਸਕਦੇ ਹਾਂ ਸੋ ਅਕੋਰਡਿੰਗ ਟੂ ਕੁਐਸਚਨ ਸਾਡਾ ਆਨਸਰ ਕੀ ਆਣਾ ਸੀ ਸਾਈਨਿਕ ਆਣਾ ਸੀ ਬਟ ਆਪਾਂ ਨੇ ਸਿੱਖਿਆ ਕਿ ਬੈਲੀਗਰੈਂਟ ਕੀ ਹੁੰਦਾ ਲੜਾਕਾ ਬੰਦਾ ਅਨਫਰੈਂਡਲੀ ਅਗਰੈਸਿਵ ਔਰ ਆਈਕੋਨੋਕਲਾਸਟ ਕੀ ਹੁੰਦਾ ਹੈ ਜਿਹੜਾ ਬੰਦਾ ਕਿਸੇ ਰੀਤੀ ਰਿਵਾਜ ਨੂੰ ਨਾ ਮੰਨੇ ਜਿਹੜਾ ਕਿਸੇ ਪੁਰਾਣੀ ਧਾਰਨਾ ਨੂੰ ਨਾ ਮੰਨੇ ਜਿਹੜਾ ਹਰੇਕ ਚੀਜ਼ ਜਿਹੜੀ ਟ੍ਰੈਡੀਸ਼ਨਲੀ ਪਿੱਛੋਂ ਚੱਲੀ ਆਉਂਦੀ ਹੈ ਉਸ ਚੀਜ਼ ਦੇ ਉੱਪਰ ਆਬਜੈਕਟ ਕਰੇ ਤਾਂ ਇਹਨੂੰ ਆਪਾਂ ਕੀ ਬੋਲ ਦਿੰਦੇ ਹਾਂ ਆਈਕੋਨੋਕਲਾਸਟ ਬੋਲ ਦਿੰਦੇ ਹਾਂ ਅਗਲਾ ਪੁਆਇੰਟ ਦੇਖੋ ਬੱਚਾ ਅਗਲਾ ਕੁਐਸਚਨ ਦੇਖੋ ਇੰਪੋਰਟੈਂਟ ਕੁਐਸਚਨ ਹੈ ਹਾਂਜੀ ਆਫਟਰਨੂਨ ਥੀਏਟਰਿਕਲ ਥੀਏਟਰਿਕਲ ਔਰ ਮਿਊਜ਼ੀਕਲ ਪਰਫਾਰਮੈਂਸ ਮਤਲਬ ਜਿਹੜੀ ਤੀਜੇ ਪੈਰ ਦੇ ਵਿੱਚ ਕੋਈ ਪਰਫਾਰਮੈਂਸ ਕੀਤੀ ਜਾਂਦੀ ਆ ਮਤਲਬ ਕਿਸੇ ਵੀ ਤਰੀਕੇ ਨਾਲ ਨਾਟਕ ਨੂੰ ਪਲੇ ਕਰਨਾ ਕਿਸੇ ਵੀ ਗੀਤ ਨੂੰ ਗਾਉਣਾ ਕੋਈ ਵੀ ਪਰਫਾਰਮੈਂਸ ਹੋਣੀ ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ ਮੈਟਾਈਨੀ ਬੋਲਦੇ ਹਾਂ ਤਾਂ ਅਗਲੇ ਕੁਐਸਚਨ ਦੇ ਆਨਸਰ ਜ਼ਰੂਰ ਸਮਝਣੇ ਨੇ ਮੈਂ ਆਨਸਰ ਦੱਸਦਾ ਕਿਉਂਕਿ ਮੈਨੂੰ ਪਤਾ ਸੀ ਬਹੁਤ ਘੱਟ ਬੱਚਿਆਂ ਨੂੰ ਇਹ ਚੀਜ਼ ਦਾ ਆਨਸਰ ਜਿਹੜਾ ਹੈਗਾ ਉਹ ਪਤਾ ਹੋਊਗਾ ਬਾਕੀ ਕੁਐਸਚਨਸ ਦੇ ਆਨਸਰ ਲੱਭੋ ਕਿਹੜੇ ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਅਜ਼ੋਟਮੈਂਟ ਦਾ ਆਨਸਰ ਦੇਖੋ ਕੀ ਹੁੰਦਾ ਅਜ਼ੋਟਮੈਂਟ ਦਾ ਮਤਲਬ ਹੁੰਦਾ ਵਰਗੀਕਰਨ ਕਰਨਾ ਅਜ਼ੋਟਮੈਂਟ ਦਾ ਮਤਲਬ ਕੀ ਹੁੰਦਾ ਵਰਗੀਕਰਨ ਕਰਨਾ ਵਰਗੀਕਰਨ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਕੀ ਕਹੋਗੇ ਅਜ਼ੋਟਮੈਂਟ ਦਾ ਮਤਲਬ ਕੀ ਹੁੰਦਾ ਵਰਗੀਕਰਨ ਕਰਨਾ ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਕੀ ਕਹੋਗੇ ਮਿਕਸਚਰ ਕਰਨਾ ਔਰ ਵਰਾਇਟੀ ਹੋਣਾ
की होना अजॉटमेंट का मतलब की होंगे मिक्सचर होना या फिर की होना वरायटी होना मिक्सचर होना या फिर की होना वरायटी होना इन तुसी की कह सकते हो अजॉटमेंट कह सकते हो। बिल्कुल बिल्कुल बच्चों के आंसर सही आए हैं डी आंसर इज द राइट आंसर। ठीक है स्टेटमेंट सारे नु पता है स्टेटमेंट मैं लगता तो दसन की जरूरत नहीं होनी। उस तो बाद लास्ट वाला जो बी नंबर वाला शब्द है इन समझने की कोशिश करनी है काफी बार एग्जाम के पूछा गया है इनकैंटेट्री की होंगे गा यह होंगे जी जादू मंत्र इनकैंटेट्री की होंगे गा जादू मंत्र होंगे गा की होंगे जादू मंत्र टूणा ठीक है जी उन्होंने बोल दें असं। सो अकॉर्डिंग टू क्वेश्चन साडा राइट आंसर की आना है डी वाला आंसर बच्चा ने दिता सीगा क्लासीफिकेशन वेरी गुड मिक्सचर करना क्लासीफिकेशन करना इनू असं की कह दें अजॉटमेंट कह दें चीजा वंडनिया मिक्सचर। ठीक है अगला पॉइंट जो आप गल करिए अगले पॉइंट के उपर साडा क्वेश्चन है ध्यान क्वेश्चन पढ़ो केयरफुल इन द स्पेंडिंग ऑफ मनी एंड टाइम एक्सेट्रा। जिहड़ा बंदा हर चीज दे लई ध्यान दवे चाहे मतलब हरेक चीज नूं बोझ बोझ के पर इहदे बंदा फूक फूक पैर धरदा है ना चाहे पैसे लाउण दी गल होवे रजे चाहे कह लो कि स्पेसिफिकली किसी भी तरीके का टाइम की इनवैसटमेंट की गल हो किसी भी तरीके की इनवैसटमेंट की जिड़ी के मतलब समा खर्चना या टाइम खर्चना उन्होंने बड़ा केयरफुली करता उन्होंने बड़ा ध्यान करता कुछ एक्सट्रा नहीं करता है तो उन्होंने असं की बोल दें कि बंदा बड़ा इकनोमिकल है बंदा बड़ा इकनोमिकल है। बिल्कुल बिल्कुल कुलजीत कौर बी आंसर इज द राइट आंसर। वो लोग इकनोमिकल होंगे ने जेडे प्रॉपर तरीके मैनेज करके पैसे लाते हैं है ना जे हम मतलब फॉर एग्जाम्पल किसी की सैलरी है पहले डिवाइड करूंगा कि इन्ना मेरा घर का खर्चा है इन्ना मेरा रहन सहन का इन्ना मेरा खाण पीन का इन्ना मेरा तेल का हर चीज मैनेज करके और इन्ने मैं हर महीने सेव करने ने एहो जे लोग जड़ा हर चीज स्पेसिफिकली नहीं 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 कैलकुलेटिव नहीं आप नैगेटिव वर्ड हो गया कैलकुलेटिव नैगेटिव वर्ड है कैलकुलेटिव का मतलब की होंगे हर चीज न गिण मिण के हर चीज न मिण मिण के तोल तोल के कंजूसी नाल। ठीक है इकनोमिकली जड़ा बंदा सैटल्ड करके चलता दोवें शब्दों के फर्क समझो इकनोमिकली जड़ा बंदा चीजा नू बैलेंस करके चलता है। सो इकनोमिकली होना गलत नहीं हुंदा इकनोमिकली होना एक पॉजिटिव चीज आ जो थोड़ी कोई भी सैलरी या कोई तनखा कोई भी पैसा तुसी बड़ा मैनेज करके चल रहे हो तो इकनोमिकल हो कैलकुलेटिव नहीं है कैलकुलेटिव उदो जो तुसी माड़ी माड़ी गल से चिड़चिड़ कर रहे हो पैसे लाने करनी। ठीक है सो यह चीज होगी जे आप अगे गल करिए माइजरली माइजरली का मतलब की होंगे माइजर की होंगे कंजूस होना सो माइजरली का मतलब की हो गया कंजूसी कंजूस होना सो पंक्चुअल का मतलब की होंगे ऑन टाइम मतलब जिहड़ा बंदा बिल्कुल समय का पाबंद होवे उन्हूं असीं की बोलदे आ पंक्चुअल बोलदे आ। शायद तुसीं इन्हां दे विचों कुछ क ऑप्शनस नूं आउट कर सकदे सी पंक्चुअल आंसर नहीं हो सकता सी माइजरली आंसर नहीं हो सकता सी कैलकुलेटिव काफ़ी बच्चों नूं कन्फ्यूजन च होया कैलकुलेटिव बट बच्चा इहदा आंसर कैलकुलेटिव नहीं होगा मतलब केयरफुली चीज़ां नूं स्पेंड करना मतलब तुसीं बहुत अच्छे तरीके नाल इकनोमिकल हो। ठीक है अगले पॉइंट ते चलदे आ अगला क्वेश्चन जिहड़ा हैगा सब तो पहला रीड करोगे सिक्स्थ क्वेश्चन रीड करो दैन आंसर करना है सिक्स्थ क्वेश्चन दा। हां जी द मैन हु इज वेमिनिश इन हिज हैबिट्स द मैन हु इज वेमिनिश इन हिज हैबिट्स एक अजिहा मेल एक अजिहा बंदा एक अजिहा परसन एक अजिहा इंसान जिहड़ा मेल की गल हो रही है मैन की जिहड़ा कि अपनियां आदतां दे विच वेमिनिश होवे मतलब उहदियां आदतां जिहड़ियां हैगियां ने उह किहदे वर्गियां होण औरतां वर्गियां होण। इह क्वेश्चन पुछिया गया स्टाइलिस्ट तो नहीं हुंदा ठीक है तुहानू इस क्वेश्चन का बिल्कुल देखण सार आंसर मिल जाणा असीं हमेशा गल करदे आ असीं हमेशा गल करदे आ फेमिनिज़म की फेमिनिज्म की होंगे गा जिहड़ा असीं औरतां दे हक दे विच चीज़ आपां कहिंदे बंदा फेमिनिस्ट आ है ना। हाँ जी बिल्कुल जिहड़े बच्चे आंसर कर रहे ने सही आंसर है और अजिहा परसन अजिहा बंदा अजिहा मैन अजिहा मेल जिहड़ा अपनियां आदतां दे विच लाइक अ वेमेन होवे इक औरत की तरह होवे तो उहनूं असीं की बोलदे आ इफेमिनेट बोलदे आ की बोलदे आ इफेमिनेट बोलदे आ। स्टाइलिस्ट तुहानूं सारिआं नूं पता है जो बंदे दा स्टाइल अच्छा होवे उह स्टाइलिस्ट हुंदा है तुहानूं डिबेटर सारिआं नूं पता है जिहड़े बंदे डिबेट्स करदे ने जिहड़े बंदे बहस करदे ने जिहड़े बंदे ज़िरह करदे ने और तुहानूं लिंगुइस्ट पता है जिहड़े कि
ਤੁਹਾਡੀ ਜਿਹੜੇ ਲੈਂਗੁਏਜ ਦੇ ਰਿਲੇਟਡ ਕੋਈ ਕੰਮ ਕਾਰ ਕਰਦੇ ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਲਿੰਗੁਇਸਟਸ ਬੋਲਦੇ ਹਾਂ ਜਾਂ ਲਿੰਗੁਇਸਟ ਬੋਲਦੇ ਹਾਂ। ਬਿਲਕੁਲ ਜੀ ਬਿਲਕੁਲ, ਆਨਸਰ ਸਾਰੇ ਬੱਚਿਆਂ ਦਾ ਆਲਮੋਸਟ ਸਹੀ ਹੈ। ਸੀ ਆਨਸਰ ਰਾਈਟ ਆਨਸਰ ਆਊਗਾ, ਦੈਟ ਇਜ਼ ਇਫੈਮੀਨੇਟ। ਫੈਮਿਨਿਜ਼ਮ ਤੋਂ ਇਹ ਸ਼ਬਦ ਨਿਕਲਿਆ ਹੋਇਆ, ਫੈਮਿਨਿਜ਼ਮ ਤੋਂ ਇਹ ਸ਼ਬਦ ਨਿਕਲਿਆ ਹੋਇਆ ਹੈ। ਜਿਹਨੂੰ ਤੁਸੀਂ ਕੀ ਕਹਿਣਾ ਹੈਗਾ, ਇਫੈਮੀਨੇਟ ਕਹਿਣਾ ਹੈ, ਉਹ ਪਰਸਨ, ਉਹ ਮੇਲ ਜਿਹੜਾ ਆਦਤਾਂ ਦੇ ਵਿੱਚ ਲਾਈਕ ਅ ਵਿਮਨ। ਠੀਕ ਹੈ, ਅਗਲਾ ਪੁਆਇੰਟ ਪੜ੍ਹੋ, ਪਹਿਲਾਂ ਤੁਸੀਂ ਆਨਸਰ ਕਰੋਗੇ ਸੈਵਨਥ ਕੁਐਸਚਨ ਦਾ। ਹਾਂਜੀ, ਸੈਵਨਥ ਕੁਐਸਚਨ ਕੁਐਸਚਨ ਸਮਝਾ ਦੇਣੀ ਆ। ਸੰਬਨ ਹੂ ਕੀਪਸ ਬੀਜ, ਬੀਜ ਹੁੰਦੀਆਂ ਮਧੂਮੱਖੀਆਂ। ਤੁਸੀਂ ਇਹ ਚੀਜ਼ ਜੋਗ੍ਰਾਫੀ ਦੇ ਵਿੱਚ ਜਾਂ ਐਗਰੀਕਲਚਰ ਦੇ ਵਿੱਚ ਬਹੁਤ ਜ਼ਿਆਦਾ ਪੜ੍ਹਿਆ ਹੋਣਾ ਹੈਗਾ। ਠੀਕ ਹੈ, ਬਿਲਕੁਲ ਜੀ। ਜੇ ਅਸੀਂ ਗੱਲ ਕਰੀਏ, ਇਹ ਕੁਐਸਚਨ ਦੋ ਤਿੰਨ ਵਾਰੀ ਪੰਜਾਬ ਦੇ ਪੇਪਰਾਂ ਦੇ ਵਿੱਚ ਰਿਪੀਟ ਆਇਆ, ਜਿਹੜਾ ਬੰਦਾ ਮਧੂਮੱਖੀਆਂ ਪਾਲਦਾ। ਤੁਸੀਂ ਅਕਸਰ ਦੇਖਿਆ ਹੋਣਾ ਹੈਗਾ ਕਿ ਲੋਕ ਜਿਹੜੇ ਹੈਗੇ ਨੇ ਉਹ ਮਧੂਮੱਖੀਆਂ ਪਾਲਦੇ ਨੇ, ਤਾਂ ਉਹਨਾਂ ਨੂੰ ਕੀ ਬੋਲਿਆ ਜਾਂਦਾ ਹੈਗਾ? ਹਾਂਜੀ, ਸੈਵਨਥ ਕੁਐਸਚਨ ਦਾ ਆਨਸਰ ਪਹਿਲਾਂ ਤੁਸੀਂ ਕਰੋਗੇ ਬੱਚਾ, ਆਫਟਰ ਦੈਟ ਮੈਂ ਕਰੂੰਗੀ। ਹਾਂਜੀ ਬਿਲਕੁਲ ਜੀ, ਜਿਹੜੇ ਬੱਚੇ ਆਨਸਰਸ ਕਰ ਰਹੇ ਨੇ, ਵੈਰੀ ਗੁੱਡ ਜੀ, ਕਾਫੀ ਬੱਚਿਆਂ ਦੇ ਆਨਸਰ ਸਹੀ ਆ ਰਹੇ ਨੇ। ਠੀਕ ਹੈ ਠੀਕ ਹੈ, ਤਾਂ ਦੇਖਣ ਚ ਪਤਾ ਲੱਗ ਗਿਆ ਹੋਣਾ ਪਾਇਰੀ ਕੀ ਹੁੰਦਾ, ਪਾਇਰਿਸਟ ਹੁੰਦਾ। ਠੀਕ ਹੈ, ਚਲੋ ਆਪਾਂ ਦੇਖਦੇ ਹਾਂ, ਆਪਾਂ ਬਾਕੀ ਦੇ ਕੁਐਸਚਨ ਦੇਖਦੇ ਹਾਂ। ਹਾਰਟੀਕਲਚਰਿਸਟ ਕੀ ਹੁੰਦਾ, ਹਾਰਟੀਕਲਚਰ ਕੀ ਹੁੰਦਾ, ਬਾਗਬਾਨੀ ਕਰਨਾ। ਹਾਰਟੀਕਲਚਰ ਕੀ ਹੁੰਦਾ, ਬਾਗਬਾਨੀ ਕਰਨਾ। ਹਾਰਟੀਕਲਚਰਿਸਟ ਜਿਹੜੇ ਲੋਕ ਬਾਗਬਾਨੀ ਕਰਦੇ ਨੇ, ਬਾਗਬਾਨੀ ਮਤਲਬ ਜਿਹੜੇ ਲੋਕ ਫੁੱਲਾਂ ਦੀ ਜਾਂ ਵੈਜੀਟੇਬਲਸ ਦੀ ਖੇਤੀ ਕਰਦੇ ਨੇ, ਹਨਾ। ਸੋ ਹਾਰਟੀਕਲਚਰ ਕਿਉਂ ਆਨਸਰ ਕਰ ਰਹੇ ਹੋ, ਹਾਰਟੀਕਲਚਰ ਕਿਵੇਂ ਆਨਸਰ ਹੋਜੂ? ਮਧੂਮੱਖੀਆਂ ਨੂੰ ਪਾਲਣਾ ਹਾਰਟੀਕਲਚਰ ਨਹੀਂ ਹੁੰਦਾ, ਮਧੂਮੱਖੀਆਂ ਨੂੰ ਪਾਲਣਾ ਅਪੀਅਰਿਸਟ ਹੁੰਦਾ ਹੈਗਾ। ਜਿਹੜੇ ਲੋਕ ਮਧੂਮੱਖੀਆਂ ਨੂੰ ਪਾਲਦੇ ਨੇ, ਜਿਹੜੇ ਲੋਕ ਮਧੂਮੱਖੀਆਂ ਪਾਲਣ ਦਾ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਅਪੀਅਰਿਸਟ ਕਹਿੰਦੇ ਹਾਂ। ਹਾਰਟੀਕਲਚਰ ਦਾ ਮਤਲਬ ਕੀ ਹੁੰਦਾ ਰਾਜੇ? ਬਾਗਬਾਨੀ ਕਰਨਾ, ਬਾਗ ਉਗਾਉਣੇ, ਫਲਾਂ ਦੀ ਤੇ ਸਬਜ਼ੀਆਂ ਦੀ ਖੇਤੀ ਕਰਨੀ। ਪੈਥੋਲੋਜਿਸਟ ਤੁਹਾਨੂੰ ਸ਼ਾਇਦ ਯਾਦ ਹੋਣਾ, ਜੇ ਤੁਸੀਂ ਪੁਰਾਣੀਆਂ ਕਲਾਸਾਂ ਲਾਈਆਂ ਨੇ। ਪੈਥੋਲੋਜਿਸਟ ਸ਼ਬਦ ਅਸੀਂ ਦੋ ਤਿੰਨ ਵਾਰੀ ਡਿਸਕਸ ਕੀਤਾ ਕਿ ਪੈਥੋਲੋਜਿਸਟ ਕੌਣ ਹੁੰਦੇ ਨੇ? ਜਿਹੜੇ ਡਾਕਟਰਸ ਡਿਸੀਜ਼ਸ ਦੀ ਸਟੱਡੀ ਕਰਦੇ ਨੇ। ਪੈਥੋਲੋਜਿਸਟ ਕੌਣ ਹੁੰਦੇ ਨੇ? ਜਿਹੜੇ ਐਗਜ਼ਾਮਿਨਿੰਗ ਕਰਦੇ ਨੇ ਕਿ ਕੀ ਡਿਸੀਜ਼ ਆ, ਕੀ ਬਿਮਾਰੀ ਸੀ, ਹਨਾ, ਤਾਂ ਇਹ ਚੀਜ਼ ਆ। ਹਾਂਜੀ, ਔਰਨਿਥੋਲੋਜਿਸਟ ਕੌਣ ਹੁੰਦਾ ਹੈਗਾ? ਔਰਨਿਥੋਲੋਜਿਸਟ ਕੌਣ ਹੁੰਦਾ ਹੈਗਾ? ਸਪੈਲਿੰਗ ਅਰਥ ਪਾ ਰੱਖੇ ਐਕਚੁਅਲੀ, ਤਾਂ ਹੀ ਮੈਂ ਇਹਨੂੰ ਔਰਨਿਥੋਲੋਜਿਸਟ। ਠੀਕ ਹੈ, ਇਹ ਵਾਲਾ ਸਪੈਲਿੰਗ ਜਸਟ ਰਾਈਟ ਕਰ ਲੈਣਾ। ਔਰਨਿਥੋਲੋਜਿਸਟ ਕੀ ਹੁੰਦਾ ਹੈਗਾ? ਜਿਹੜਾ ਬਰਡਸ ਦੀ ਸਟੱਡੀ ਕਰਦਾ। ਔਰਨਿਥੋਲੋਜਿਸਟ ਕੀ ਹੁੰਦਾ ਹੈ? ਲੋਜੀ ਦਾ ਮਤਲਬ ਕੀ ਹੈ? ਲੋਜੀ ਅਸੀਂ ਰੂਟ ਵਰਡ ਪੜਿਆ ਸੀ। ਲੋਜੀ ਜਦੋਂ ਕਿਤੇ ਵੀ ਲਾਸਟ ਤੇ ਲੱਗਿਆ ਹੋਇਆ, ਤਾਂ ਲੋਜੀ ਦਾ ਮਤਲਬ ਕੀ ਹੁੰਦਾ? ਸਟੱਡੀ ਕਰਨਾ। ਔਰ ਔਰਨਿਥੋ ਸ਼ਬਦ ਵਰਤਿਆ ਜਾਂਦਾ ਫਾਰ ਬਰਡਸ, ਬਰਡਸ ਦੀ ਸਟੱਡੀ ਕਰਦੇ ਨੇ ਜਿਹੜੇ, ਪੰਛੀਆਂ ਦੀ ਸਟੱਡੀ ਕਰਦੇ ਨੇ ਜਿਹੜੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਔਰਨਿਥੋਲੋਜਿਸਟ ਬੋਲਦੇ ਹਾਂ। ਹੂ ਸਟੱਡੀਜ਼ ਔਨ ਬਰਡਸ, ਹਾਂਜੀ ਬਿਲਕੁਲ ਬਿਲਕੁਲ, ਹੂ ਸਟੱਡੀਜ਼ ਔਨ ਬਰਡਸ, ਔਰਨਿਥੋਲੋਜਿਸਟ ਹੋ ਗਿਆ। ਜਿਹੜੇ ਬਾਗਬਾਨੀ ਕਰਦੇ ਨੇ, ਖੇਤੀਬਾੜੀ ਦੇ ਵਿੱਚ ਫਲ ਫੁੱਲ ਉਗਾਉਂਦੇ ਨੇ, ਹਾਰਟੀਕਲਚਰਿਸਟ ਹੋ ਗਿਆ। ਪੈਥੋਲੋਜਿਸਟ ਜਿਹੜੇ ਡਿਸੀਜ਼ਸ ਦਾ ਕਰਦੇ ਨੇ, ਠੀਕ ਹੈ। ਐਗਰੀਕਲਚਰ, ਕਲਚਰ ਤਾਂ ਤੁਸੀਂ ਸਾਰੇ ਜਣੇ ਜਾਣਦੇ ਹੋ ਨਾ। ਹਾਂਜੀ, ਇੱਕ ਕੁਐਸਚਨ ਹੋਰ ਬਹੁਤ ਇੰਪੋਰਟੈਂਟ ਪੁੱਛਿਆ ਜਾਂਦਾ ਹੈ, ਐਕੁਆਕਲਚਰ ਕੀ ਹੁੰਦਾ ਹੈ? ਐਕੁਆਕਲਚਰ ਕੀ ਹੁੰਦਾ ਹੈ? ਮੈਨੂੰ ਜਲਦੀ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਕਿ ਵਟ ਇਜ਼ ਐਕੁਆਕਲਚਰ। ਹਾਂਜੀ, ਐਕੁਆਕਲਚਰ ਕਿਹਨੂੰ ਕਹਿੰਦੇ ਨੇ? ਓਕੇਰੀਅਮ ਦੇਖਿਆ? ਹਾਂਜੀ, ਓਕੇਰੀਅਮ ਦੇਖਿਆ ਸਪੈਸੀਫਿਕਲੀ ਜੀ? ਓਕੇਰੀਅਮ, ਅਕੁਏਰੀਅਮ ਦੇਖਿਆ? ਅਕੁਏਰੀਅਮ ਦੇ ਵਿੱਚ ਕੀ ਹੁੰਦੀਆਂ ਨੇ? ਮੱਛੀਆਂ। ਸੋ ਮੱਛੀਆਂ ਦੀ ਖੇਤੀ ਕਰਨਾ, ਫਿਸ਼ਸ ਦੀ ਖੇਤੀ ਕਰਨਾ ਨੂੰ ਅਸੀਂ ਕੀ ਬੋਲਦੇ ਹਾਂ? ਐਕੁਆਕਲਚਰ ਬੋਲਦੇ ਹਾਂ। ਜਿੱਥੇ ਲਿਖਿਆ ਜਾਂਦਾ ਸੰਬਨ ਹੂ ਕੀਪਸ ਫਿਸ਼ਸ, ਜਾਂ ਖੇਤੀ ਕਰਦਾ ਫਿਸ਼ਸ ਦੀ, ਉਹਨੂੰ ਅਸੀਂ ਕੀ ਬੋਲਾਂਗੇ? ਐਕੁਆਕਲਚਰ ਬੋਲਾਂਗੇ। ਇੱਕ ਤੁਹਾਨੂੰ ਹੋਰ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵਿਟੀ ਕਲਚਰ, ਇੱਕ ਤੁਹਾਨੂੰ ਹੋਰ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵਿਟੀ ਕਲਚਰ ਕੀ ਹੁੰਦਾ? ਹਾਂਜੀ ਬੱਚਾ, ਵਿਟੀ ਕਲਚਰ ਕੀ ਹੁੰਦਾ? ਵਿਟੀ ਕਲਚਰ ਹੁੰਦਾ, ਹਾਂਜੀ ਹਾਂਜੀ, ਫਿਸ਼ਿੰਗ, ਬਿਲਕੁਲ ਸਹੀ ਹੈ, ਫਿਸ਼ਿੰਗ, ਫਿਸ਼ ਰਿਲੇਟਡ, ਡੈਫੀਨੇਟਲੀ ਵਿਟੀ ਕਲਚਰ ਹੁੰਦਾ ਅੰਗੂਰਾਂ ਦੀ ਖੇਤੀ ਕਰਨਾ। ਵਿਟੀ ਕਲਚਰ ਕੀ ਹੁੰਦਾ? ਅੰਗੂਰਾਂ ਦੀ ਖੇਤੀ ਕਰਨਾ। ਸੋ ਇਹ ਥੋੜੇ ਥੋੜੇ ਪੁਆਇੰਟ ਜਿਹੜੇ ਹੈਗੇ ਨੇ ਰਿਪੀਟਡਲੀ ਤੁਹਾਡੇ ਕੁਐਸਚਨ ਪੇਪਰ ਚ ਪੁੱਛੇ ਗਏ ਨੇ। ਐਕੁਆਕਲਚਰ ਕੀ ਹੁੰਦਾ? ਰਿਲੇਟਡ ਟੂ ਫਿਸ਼ਸ। ਔਰਨਿਥੋਲੋਜਿਸਟ ਕੀ ਹੁੰਦਾ? ਰਿਲੇਟਡ ਟੂ ਬਰਡਸ। ਅਪੀਅਰਿਸਟ ਕੀ ਹੁੰਦਾ? ਰਿਲੇਟਡ ਟੂ ਬੀਜ਼। ਹਾਰਟੀਕਲਚਰ ਕੀ ਹੁੰਦਾ? ਰਿਲੇਟਡ ਟੂ ਫਰੂਟ। ਵਿਟੀਕਲਚਰ ਕੀ ਹੁੰਦਾ? ਰਿਲੇਟਡ ਟੂ ਅੰਗੂਰ, ਅੰਗੂਰਾਂ ਦੀ ਖੇਤੀ ਕਰਨਾ, ਇਹਨੂੰ ਅਸੀਂ ਕੀ ਬੋਲਦੇ ਹਾਂ? ਵਿਟੀਕਲਚਰ ਬੋਲਦੇ ਹਾਂ। ਅਗਲੇ ਪੁਆਇੰਟ ਤੇ ਚੱਲਦੇ ਹਾਂ, ਇਹ ਤੁਹਾਡੇ ਜੋਗ੍ਰਾਫੀ ਚ ਕੁਐਸਚਨ ਵੀ ਪੁੱਛੇ ਜਾਂਦੇ ਨੇ, ਇਹਨਾਂ ਜਿਹੜੇ ਕੁਐਸਚਨ ਨੇ ਜੋਗ੍ਰਾਫੀ ਚ ਵੀ ਪੁੱਛੇ ਜਾਂਦੇ ਨੇ। ਅੱਛਾ ਜੀ, ਛੋਟਾ ਕਰ ਲਈਏ ਥੋੜਾ ਜਿਹਾ, ਇਹ ਲਓ ਜੀ। ਸੋ ਅਗਲਾ ਕੁਐਸਚਨ ਸਾਡੇ ਕੋਲੇ ਕੀ ਹੈ? ਦਾ ਸਟੱਡੀ ਔਰ ਪ੍ਰੈਕਟਿਸ ਆਫ ਡਾਂਸਿੰਗ ਔਰ ਕੰਪੋਜ਼ਿੰਗ ਬੈਲਟਸ। ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਮੂਵੀਜ਼ ਵਗੈਰਾ ਦੇਖਦੇ ਹੋ,
ਜਦੋਂ ਤੁਸੀਂ ਮੂਵੀਜ਼ ਵਗੈਰਾ ਦੇਖਦੇ ਹੋ ਸਪੈਸੀਫਿਕਲੀ ਤਾਂ ਉਹਨਾਂ ਫਿਲਮਾਂ ਦੇ ਵਿੱਚ ਜਿੰਨੀਆਂ ਵੀ ਡਾਂਸ ਪਰਫਾਰਮੈਂਸਸ ਕਰਾਈਆਂ ਜਾਂਦੀਆਂ ਕਿਸੇ ਗਾਣੇ ਤੇ ਕੋਈ ਨੱਚ ਰਿਹਾ ਕਿਸੇ ਡਾਂਸ ਤੇ ਜਦੋਂ ਅਸੀਂ ਯਾਰ ਕਾਲਜ ਟਾਈਮ ਹੁੰਦੇ ਸੀ ਫਿਲਮਾਂ ਛੱਡੋ ਤਾਂ ਅਸੀਂ ਕੀ ਕਰਦੇ ਸੀ ਜਦੋਂ ਸਾਨੂੰ ਕਿਸੇ ਵੀ ਡਾਂਸ ਦੀ ਪ੍ਰੈਪਰੇਸ਼ਨ ਕਰਾਈ ਜਾਂਦੀ ਸੀ ਤਾਂ ਅਸੀਂ ਕੀ ਕਰਦੇ ਸੀ ਕੋਰੀਓਗ੍ਰਾਫੀ ਸਾਨੂੰ ਕੋਈ ਵੀ ਇੱਕ ਬੁਲਾਇਆ ਜਾਂਦਾ ਕਿ ਭਾਈ ਇਹ ਕੋਰੀਓਗ੍ਰਾਫੀ ਕਰੂਗਾ ਸਾਨੂੰ ਸਟੈਪਸ ਦੱਸ ਦਿੰਦਾ ਸੀ ਕਿਵੇਂ ਨੱਚਣਾ ਹੈਗਾ ਔਰ ਫਿਰ ਇਹ ਜਿਹੜਾ ਨੱਚਣ ਵਾਲਾ ਸਿਸਟਮ ਹੈ ਇਹਨੂੰ ਹੈਂਡਲ ਕਰਨ ਵਾਲਾ ਕੀ ਹੈਗਾ ਹਾਂਜੀ ਜੀ ਠੀਕ ਹੈ ਸੋ ਸਾਰੇ ਬੱਚਿਆਂ ਦਾ ਆਨਸਰ ਆਲਮੋਸਟ ਸਹੀ ਹੈ ਨ੍ਰਿਤ ਕਲਾ ਜਿਹਨੂੰ ਤੁਸੀਂ ਕੀ ਕਹਿੰਦੇ ਹੋ ਨ੍ਰਿਤ ਕਲਾ ਕੋਰੀਓਗ੍ਰਾਫੀ ਇੱਕ ਬੱਚਾ ਮੈਨੂੰ ਕੁਐਸਚਨ ਪੁੱਛ ਰਿਹਾ ਬੰਟੀ ਬੰਟੀ ਕਹਿ ਰਿਹਾ ਕਿ ਨਾਊਨ ਦੀ ਪਛਾਣ ਐਸ ਆਰ ਈ ਐਸ ਨਾਲ ਹੁੰਦੀ ਹੈ ਨੋ ਜਦੋਂ ਤੁਸੀਂ ਕਦੇ ਵੀ ਕਿਸੇ ਨਾਊਨ ਨੂੰ ਪਛਾਣਨਾ ਸੈਂਟੈਂਸ ਦੇ ਵਿੱਚ ਕਿਹੜੀ ਚੀਜ਼ ਨਾਊਨ ਹੈ ਤਾਂ ਤੁਸੀਂ ਤਿੰਨ ਸ਼ਬਦਾਂ ਦਾ ਆਨਸਰ ਮੰਗਣਾ ਵਟ ਦਾ ਹੂ ਦਾ ਤੇ ਹੂਮ ਦਾ ਜਿਹਨੇ ਗ੍ਰੈਮਰ ਦੀਆਂ ਕਲਾਸਾਂ ਨਹੀਂ ਲਈਆਂ ਮੇਰੀ ਸਵੇਰੇ 11 ਵਜੇ ਗ੍ਰੈਮਰ ਦੀ ਕਲਾਸ ਹੁੰਦੀ ਹੈ ਪੁਰਾਣੀਆਂ ਵੀ ਦੇਖੋ ਨਵੀਆਂ ਵੀ ਦੇਖੋ ਬਹੁਤ ਅੱਛੇ ਤਰੀਕੇ ਨਾਲ ਕਰਵਾਇਆ ਜਾ ਰਿਹਾ ਠੀਕ ਹੈ ਸੋ ਆਨਸਰ ਇਜ਼ ਕੋਰੀਓਗ੍ਰਾਫੀ ਕੈਲੀਗ੍ਰਾਫੀ ਕੀ ਹੁੰਦਾ ਸਾਰੇ ਕੁਐਸਚਨਸ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਔਰ ਰਿਪੀਟਿਡਲੀ ਤੁਹਾਡੇ ਪੇਪਰ ਦੇ ਵਿੱਚ ਆਏ ਹੋਏ ਨੇ ਹਾਂਜੀ ਕੈਲੀਗ੍ਰਾਫੀ ਕੀ ਹੁੰਦਾ ਰਾਜੇ ਕੈਲੀਗ੍ਰਾਫੀ ਹੁੰਦਾ ਦਾ ਆਰਟ ਆਫ ਰਾਈਟਿੰਗ ਬਿਊਟੀਫੁਲੀ ਬਹੁਤ ਸੋਹਣਾ ਸੋਹਣਾ ਲਿਖਣਾ ਕੈਲੀਗ੍ਰਾਫੀ ਦਾ ਮੀਨਿੰਗ ਲਿਖੋ ਦ ਆਰਟ ਆਫ ਰਾਈਟਿੰਗ ਬਿਊਟੀਫੁਲੀ ਦਾ ਆਰਟ ਆਫ ਰਾਈਟਿੰਗ ਲਿਖਣ ਦੀ ਆਰਟ ਪਰ ਕਿਵੇਂ ਲਿਖਣ ਦੀ ਆਰਟ ਬਿਊਟੀਫੁਲੀ ਸੋਹਣਾ ਸੋਹਣਾ ਬਣਾ ਕੇ ਲਿਖਣਾ ਉਹਨੂੰ ਅਸੀਂ ਕੀ ਬੋਲਦੇ ਹਾਂ ਕੈਲੀਗ੍ਰਾਫੀ ਬੋਲਦੇ ਹਾਂ ਕਾਰਟੋਗ੍ਰਾਫੀ ਕੀ ਹੁੰਦੀ ਹੈ ਮੈਪਸ ਬਣਾਉਂਦੇ ਨੇ ਜਿਹੜੇ ਲੋਕ ਮੈਪਸ ਜਿਹੜੇ ਲੋਕ ਬਣਾਉਂਦੇ ਨੇ ਨਕਸ਼ੇ ਜਿਹੜੇ ਲੋਕ ਬਣਾਉਂਦੇ ਨੇ ਮੈਪਸ ਬਾਰੇ ਜਿਹੜੀ ਚੀਜ਼ ਹੁੰਦੀ ਹੈ ਠੀਕ ਹੈ ਮੇਕਿੰਗ ਮੈਪਸ ਤਾਂ ਕੀ ਬੋਲਦੇ ਆ ਕਾਰਟੋਗ੍ਰਾਫੀ ਬੋਲਦੇ ਆ ਐਪੀਗ੍ਰਾਫੀ ਕੀ ਹੁੰਦੀ ਹੈ ਹਾਂਜੀ ਐਪੀਗ੍ਰਾਫੀ ਕੀ ਹੁੰਦੀ ਆ ਐਪੀਗ੍ਰਾਫੀ ਹੁੰਦੀ ਆ ਜਦੋਂ ਅਸੀਂ ਸਪੈਸੀਫਿਕਲੀ ਏਨਸ਼ੀਅੰਟ ਇਨਸਕ੍ਰਿਪਸ਼ਨਸ ਦੀ ਸਟੱਡੀ ਕਰਦੇ ਆ ਪ੍ਰਾਤਨ ਉਲੇਖ ਜਿਹੜੇ ਹੈਗੇ ਨੇ ਪ੍ਰਾਤਨ ਉਲੇਖਾਂ ਦੀ ਜਦੋਂ ਅਸੀਂ ਸਟੱਡੀ ਕਰਦੇ ਆ ਏਨਸ਼ੀਅੰਟ ਏਨਸ਼ੀਅੰਟ ਸਪੈਲਿੰਗ ਸਹੀ ਹੈ ਏਨਸ਼ੀਅੰਟ ਦੇ ਠੀਕ ਹੈ ਹਾਂਜੀ ਜਦੋਂ ਅਸੀਂ ਏਨਸ਼ੀਅੰਟ ਇਨਸਕ੍ਰਿਪਸ਼ਨਸ ਦੀ ਸਟੱਡੀ ਕਰਦੇ ਆ ਬਿਲਕੁਲ ਕਾਫੀ ਬੱਚਿਆਂ ਦਾ ਆਨਸਰ ਸਹੀ ਆਇਆ ਸੋ ਆਪਾਂ ਦੁਬਾਰਾ ਦੇਖਦੇ ਆ ਕਿਹੜਾ ਪੁਆਇੰਟ ਕਿਹੜਾ ਹੈ ਅਕੋਰਡਿੰਗ ਟੂ ਕੁਐਸਚਨ ਸਾਡਾ ਆਨਸਰ ਕਿਹੜਾ ਸਹੀ ਹੋਣਾ ਸੀ ਕੋਰੀਓਗ੍ਰਾਫੀ ਦ ਸਟੱਡੀ ਆਫ ਪ੍ਰੈਕਟਿਸ ਆਫ ਡਾਂਸਿੰਗ ਇਜ਼ ਕੋਰੀਓਗ੍ਰਾਫੀ ਕੈਲੀਗ੍ਰਾਫੀ ਦਾ ਮਤਲਬ ਕੀ ਹੈ ਦ ਆਰਟ ਆਫ ਰਾਈਟਿੰਗ ਬਿਊਟੀਫੁਲੀ ਕਾਰਟੋਗ੍ਰਾਫ ਦਾ ਮਤਲਬ ਕੀ ਹੈ ਮੈਪ ਬਣਾਉਂਦੇ ਨੇ ਜਿਹੜੇ ਐਪੀਗ੍ਰਾਫੀ ਦਾ ਮਤਲਬ ਕੀ ਹੈ ਏਨਸ਼ੀਅੰਟ ਇਨਸਕ੍ਰਿਪਸ਼ਨਸ ਦੀ ਸਟੱਡੀ ਕਰਨਾ ਹਨਾ ਪ੍ਰਾਤਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਸਟੱਡੀ ਕਰਨਾ ਇਨਸਕ੍ਰਿਪਸ਼ਨ ਦੀ ਸਟੱਡੀ ਕਰਨਾ ਪ੍ਰਾਤਨ ਚੀਜ਼ ਬਾਰੇ ਜਾਣਨਾ ਹਾਂਜੀ ਬਿਲਕੁਲ ਜੀ ਬਿਲਕੁਲ ਸੋ ਅਗਲੇ ਪੁਆਇੰਟ ਤੇ ਚੱਲਦੇ ਹਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਅਗਲਾ ਕੁਐਸਚਨ ਜਿਹੜਾ ਹੈਗਾ ਦੈਟ ਕੈਨ ਨਾਟ ਬੀ ਕਿਉਰਡ ਇਹਦੇ ਸਾਰੇ ਹੀ ਜਿਹੜੇ ਆਪਸ਼ਨਸ ਨੇ ਪੇਪਰ ਦੇ ਵਿੱਚ ਐਜ਼ ਅ ਕੁਐਸਚਨ ਪੁੱਛੇ ਗਏ ਨੇ ਦੈਟ ਕੈਨ ਨਾਟ ਬੀ ਕਿਉਰਡ ਜਿਹੜੀ ਚੀਜ਼ ਨੂੰ ਅਸੀਂ ਕਿਉਰ ਨਹੀਂ ਕਰ ਸਕਦੇ ਜਿਹੜੀ ਚੀਜ਼ ਮਤਲਬ ਤਾਂ ਹੈ ਆਪਾਂ ਕਹਿ ਦਿੰਦੇ ਕਿਉਰੇਬਲ ਹੈ ਕਿਉਰੇਬਲ ਦਾ ਮਤਲਬ ਕੀ ਹੁੰਦਾ ਇਲਾਜ ਯੋਗ ਆ ਮਤਲਬ ਜਿਹੜੀ ਬਿਮਾਰੀ ਦਾ ਅਸੀਂ ਇਲਾਜ ਕਰ ਸਕਦੇ ਹਾਂ ਉਹ ਕਿਉਰੇਬਲ ਹੈ ਤੇ ਆਪਾਂ ਇੱਕ ਚੀਜ਼ ਪੜਿਆ ਸੀ ਕਿ ਜਦੋਂ ਅਸੀਂ ਕਿਸੇ ਵੀ ਸ਼ਬਦ ਦੇ ਮੂਰੇ ਇਨ ਐਡ ਕਰ ਦਿੰਨੇ ਆ ਨਾ ਇਨ ਪ੍ਰੀਫਿਕਸ ਲਗਾ ਦਿੰਨੇ ਆ ਤਾਂ ਉਹ ਜਿਹੜਾ ਸ਼ਬਦ ਹੈ ਉਹਦੀ ਸੈਂਸ ਜਿਹੜੀ ਹੈਗੀ ਹੈ ਉਹ ਟੋਟਲੀ ਕਿਹੜੀ ਚਲੀ ਜਾਂਦੀ ਆ ਨੈਗੇਟਿਵ ਫਾਰਮ ਦੇ ਵਿੱਚ ਚਲੀ ਜਾਂਦੀ ਹੈ ਸੋ ਇਹ ਤਾਂ ਬਹੁਤ ਆਸਾਨ ਹੈ ਜਿਹੜਾ ਕਿਉਰ ਨਹੀਂ ਕੀਤਾ ਜਾ ਸਕਦਾ ਉਹਨੂੰ ਅਸੀਂ ਕੀ ਬੋਲਦੇ ਆ ਇਨਕਿਉਰੇਬਲ ਬੋਲਦੇ ਆ ਉਹਨੂੰ ਅਸੀਂ ਕੀ ਬੋਲਦੇ ਆ ਇਨਕਿਉਰੇਬਲ ਬੋਲਦੇ ਆ ਜਿਹੜੀ ਚੀਜ਼ ਦਾ ਕਿਉਰ ਨਹੀਂ ਹੋ ਸਕਦਾ ਜਿਹੜੀ ਚੀਜ਼ ਦਾ ਇਲਾਜ ਨਹੀਂ ਹੋ ਸਕਦਾ ਉਹਨੂੰ ਅਸੀਂ ਕੀ ਬੋਲਦੇ ਆ ਇਨਕਿਉਰੇਬਲ ਬੋਲਦੇ ਆ ਅਗਲੇ ਪੁਆਇੰਟ ਵੀ ਦੇਖਣੇ ਨੇ ਡੈਲੀਬਲ ਕੀ ਹੁੰਦਾ ਸਭ ਤੋਂ ਪਹਿਲਾਂ ਦੇਖੋ ਡੈਲੀਬਲ ਕੀ ਹੁੰਦਾ ਡੈਲੀਬਲ ਉਹ ਹੁੰਦਾ ਜਿਹਨੂੰ ਮਿਟਾਇਆ ਜਾ ਸਕੇ ਜਿਹਨੂੰ ਖਤਮ ਕਰ ਦਿੱਤਾ ਜਾ ਸਕੇ ਡੈਲੀਬਲ ਦਾ ਮਤਲਬ ਕੀ ਹੁੰਦਾ ਜਿਸ ਨੂੰ ਮਿਟਾਇਆ ਜਾ ਸਕਦਾ ਜਿਸ ਨੂੰ ਖਤਮ ਕੀਤਾ ਜਾ ਸਕਦਾ ਜਿਸ ਨੂੰ ਮਿਟਾਇਆ ਜਾ ਸਕਦਾ ਇਹਨੂੰ ਅਸੀਂ ਕੀ ਬੋਲਾਂਗੇ ਡੈਲੀਬਲ ਤੇ ਜਿਹਨੂੰ ਮਿਟਾਇਆ ਨਹੀਂ ਜਾ ਸਕਦਾ ਤਾਂ ਉਹਨੂੰ ਅਸੀਂ ਕੀ ਬੋਲਾਂਗੇ ਇਨਡੈਲੀਬਲ ਹਨਾ ਜਿਹਨੂੰ ਮਿਟਾਇਆ ਨਹੀਂ ਜਾ ਸਕਦਾ ਸ਼ਿਵਾਨੀ ਮੈਂ ਉਡਾਨ ਚ ਹੀ ਹਾਂ ਉਡਾਨ ਚ ਹੀ ਹਾਂ ਸ਼ਿਵਾਨੀ ਮੈਂ ਉਡਾਨ ਚ ਹੀ ਹਾਂ ਬੇਸਿਕਲੀ ਸਿੱਧੂ ਸਰ ਤੇ ਉਡਾਨ ਇੰਸਟੀਟਿਊਟ ਨੇ ਕੋਲੈਬੋਰੇਟ ਕੀਤਾ ਸੋ ਮੇਰੀ 6 ਤੋਂ 7 ਕਲਾਸ ਇਹ ਵਾਲੇ ਚੈਨਲ ਤੇ ਹੁੰਦੀ ਆ 7 ਤੋਂ 8 ਕਲਾਸ ਮੇਰੀ ਉਡਾਨ ਵਾਲੇ ਚੈਨਲ ਤੇ ਹੁੰਦੀ ਹੈ ਸੋ ਡੋਂਟ ਵਰੀ ਉਡਾਨ ਚ ਹੀ ਹਾਂ ਠੀਕ ਹੈ ਉਡਾਨ ਕਿਵੇਂ ਕਰ ਸਕਦੇ ਹਾਂ ਉਡਾਨ ਆਪਣੀ ਹੈ ਹਾਂ ਹਾਂ ਜਿਹਨੂੰ ਮਿਟਾਇਆ ਨਹੀਂ ਜਾ ਸਕਦਾ ਬਿਲਕੁਲ ਜਿਹਨੂੰ ਮਿਟਾਇਆ ਨਹੀਂ ਜਾ ਸਕਦਾ ਦੈਟ ਇਜ਼ ਇਨਡੈਲੀਬਲ ਹਨਾ
उस तो बाद इनक्रेडिबल, आपने इनक्रेडिबल शब्द काफी बार यूज किया है। इनक्रेडिबल का मतलब की हो गया अनबिलीवेबल, जड़ी चीज इन्नी ज्यादा मतलब अमेजिंग हो जिते भरोसा ना कर, मतलब जिते भरोसा नहीं जिते यकीन ना भी। अच्छा यह भी हो गया तो असं की बोलते हैं इनक्रेडिबल बोलते हैं, की बोलते हैं इनक्रेडिबल बोलते हैं, अनबिलीवेबल बोलते हैं, शानदार डेफिनेटली ठीक है। हाँ जी इरेवोकेबल की हुंदा है, इरेवोकेबल दैट कैन नॉट बी चेंज्ड और रिवर्स्ड, जड़ियां चीजां नू बदलिया नहीं जा सकता, जड़ियां चीजां नू रिवर्स मतलब जिन्हों बदल के दोबारा उमें नहीं लिया जा सकता, जिन्हों बदलिया नहीं जा सकता, जिन्हों रिवर्स नहीं किया जा सकता ठीक है। हाँ जी ठीक है, तो उन्हों असीं की बोलांगे इरेवोकेबल बोलांगे, दैट कैन नॉट बी चेंज्ड और reversed, that cannot be changed or reversed, जिन्हों असी रिवर्स नहीं कर सकते, जा फिर रिवर्स गेयर नहीं पाते अपना पुठा उल्टा गेयर पुठा वापिस ठीक है रिवर्स ठीक है। तो यह पॉइंट जरूर ध्यान दे विच रखना है, जो वापिस नहीं लिया जा सकता। सो सारे पॉइंट पेपर दे विच पूछे गए ने, इनक्रेडिबल का क्वेश्चन भी असी कल किया सी, इनडेलिबल क्वेश्चन भी पूछा जाता है, इनक्योरेबल भी पूछा जाता है, इरेवोकेबल भी पूछा जाता है, दैट कैन नॉट बी चेंज्ड और रिवर्स्ड, इरेवोकेबल दैट कैन नॉट बी मतलब जिन्हों मिटा नहीं सकते डिलीट नहीं कर सकते, डेल शब्द है ना डिलीट नहीं किया जा सकता, इनडेलिबल इनक्रेडिबल अनबिलीवेबल इनक्योरेबल जिदा क्योर नहीं हो सकता, जिदा इलाज नहीं हो सकता। हाँ जी अगले पॉइंट से चलते हैं, अगला क्वेश्चन थोड़ी स्क्रीन के उपर है, पहला तुसी खुद रीड करना। लैक ऑफ रिस्पैक्ट स्पैशली फॉर गॉड एंड रिलीजियस, ठीक है रिलीजन या धर्म मतलब जिहड़े बंदियां दे दिमाग दे विच कोई रिस्पैक्ट नहीं हुंदी, जिहड़े विश्वास ही नहीं करते कि परमात्मा या धर्म नां दी कोई चीज हुंदी है। हाँ जी ठीक है जी, ठीक है जिहड़े बंदियां दे दिमाग दे विच परमात्मा या धर्म दे रिलेटेड कोई रिस्पैक्ट नहीं हैगी, मतलब जिन्हां नूं कोई फर्क नहीं पैंदा, जिहड़े विश्वास ही नहीं करते, जिन्हां नूं कोई फर्क नहीं, कोई विश्वास नहीं, कोई उन्हां दा मतलब रिस्पैक्ट नहीं स्पेसिफिकली किसी भी तरीके दे परमात्मा जां रिलीजन दे लई। हाँ जी बच्चों के आंसर आने स्टार्ट होए जी, आंसर करो बच्चा, दसवें क्वेश्चन का आंसर करो, फिर आप डिस्कशन करते हैं। आए करो पहले तुसी आउट कर लो जड़ा एरिस्टोक्रेसी है, एरिस्टोक्रैट्स नहीं पढ़िया सी आपां, एरिस्टोक्रेसी का आंसर हो सकता है, एरिस्टोक्रैट्स गवर्नमेंट हुंदी है, ब्यूरोक्रेसी भी तुहाडा गवर्नमेंट हुंदी है। हाँ जी फैनाटिसिज्म की हुंदा है, फैनाटिसिज्म की हुंदा है, सब तो पहला तो हाँ मे बी ए नहीं ए ही है ठीक है। ब्यूरोक्रेसी की है, नौकरशाही है, ब्यूरोक्रेसी तो सरकार है ना, जो तो किसी भी शब्द के पिछे क्रेसी लग गया तो मतलब गवर्नमेंट आ, असी रूट शब्द किए हुए ने। मैं तुम्हें तो पहला भी कहा है कि जे सू एग्जैक्ट आंसर नहीं पता तो सू ऑप्शन आउट कर लेने चाहिए ने। सो क्रेसी का मतलब की हो गया गवर्नमेंट हो गया, एरिस्टोक्रेट्स जो ऑफिशल की गवर्नमेंट होंगी, ब्यूरोक्रेसी की हो गया नौकरशाही हो गया, तो दो ऑप्शन तो वैसे ही आउट हो जाने से ठीक है। हुण आ जिहड़ा फैनाटिसिज्म का मतलब की हुंदा है, फैनाटिसिज्म का मतलब हुंदा है कट्टरता, जिहड़े लोग कट्टर ने ठीक है, कट्टरता तो फिर धर्म प्रति हुंदी है ना, कि असीं पूरा धार्मिक हाँ, असीं पूरा कट्टर हाँ, साढ़े च कट्टरता, जां असीं कट्टरकाली हाँ, असीं कट्टर कांग्रेसी हाँ, है ना, तो इहदा मतलब की हुंदा है फैनाटिसिज्म हुंदा है। इंपिटी का मतलब की हुंदा स्पैसिफिकली, जिहड़े लोगों के दिमाग के विच जां जिहड़े लोगों के मन के विच स्पैसिफिकली किसी धर्म वास्ते कोई रिस्पैक्ट नहीं हैगी। सो ए आंसर डेफिनेटली इज द राइट आंसर। अगे चलते हैं, अगला क्वेश्चन थोड़ी स्क्रीन के उपर है, थोड़ा जहाँ प्रॉपर तरीके पढ़ना। मैस्कुलिन वेमेन, हाँ जी बड़ा मतलब घैंट शब्द है, मूवी भी आई है, करैक्टर भी है, मैस्कुलिन वेमेन की कहने हैं, जल्दी जल्दी फास्ट आंसर करोगे, पहला तुसी आंसर करोगे, आप देखते हैं कि तुसी किन्ना किस शब्द को समझते हो। मैं थोड़े क्लास के विच चीज पढ़ाई सी, मैं थोड़े क्लास के विच वोकैब दे विच एक बार मैं तुहानू दस्या कि मैस्कुलिन का मतलब जां मैस्कुलिन वेमेन का मतलब की हुंदा है। हाँ जी कोई गल नहीं कोमल, राइट भी हो जूगा। मैस्कुलिन वेमेन कौन है, मैस्कुलिन वेमेन नू की कहने असी। हाँ जी छेती सुने होना तुसी ये शब्द सारे बच्चों ने, हाँ जी मैस्कुलिन का मतलब की हुंदा पुलिंग है ना, असी जेंडर पढ़े ना मैस्कुलिन मतलब, हाँ जी हाँ जी सब सारे बच्चों का ऑलमोस्ट आंसर आ रहा है मैस्कुलिन वेमेन मतलब, मैस्कुलिन वेमेन मतलब एमेजन, कितने अमेजन भी नहीं होना है ना, मैस्कुलिन वेमेन का मतलब की हुंदा एमेजन, एमेजन मूवी नहीं देखी यार तुसी,
ਸਪੈਸੀਫਿਕਲੀ ਹਾਂਜੀ ਹਾਂਜੀ ਸੀ ਆਨਸਰ ਸਾਰੇ ਪਤਾ ਨਹੀਂ ਕਿਹੜੇ ਕਿਹੜਾ ਆਨਸਰ ਲਾਈ ਜਾਂਦੇ ਨੇ ਇਨਡਿਸਪਿਊਟੇਬਲ ਇਨਡਿਸਪਿਊਟੇਬਲ ਕਿਵੇਂ ਹੋ ਜਾਊਗਾ ਡਿਸਪਿਊਟ ਦਾ ਮਤਲਬ ਕੀ ਹੁੰਦਾ ਝਗੜਾ ਡਿਸਪਿਊਟ ਦਾ ਮਤਲਬ ਕੀ ਹੁੰਦਾ ਝਗੜਾ ਇਨਡਿਸਪਿਊਟੇਬਲ ਦਾ ਮਤਲਬ ਝਗੜਾਲੂਵੀ ਸਾਲਿਊਬਲ ਸਾਲਿਊਬਲ ਦਾ ਮਤਲਬ ਸਾਲਿਊ ਦਾ ਮਤਲਬ ਕੀ ਹੁੰਦਾ ਸੋਲਿਊਸ਼ਨ ਜਿਹੜੀ ਚੀਜ਼ ਦਾ ਸੋਲਿਊਸ਼ਨ ਹੋ ਸਕਦਾ ਜਿਹੜੀ ਚੀਜ਼ ਦਾ ਹੱਲ ਹੈ ਸਾਲਿਊਬਲ ਹੈ ਜਿਹੜੀ ਚੀਜ਼ ਦਾ ਅਸੀਂ ਸੋਲਿਊਸ਼ਨ ਕਰ ਸਕਦੇ ਹਾਂ ਉਹਦਾ ਉਹਦਾ ਮਤਲਬ ਕੀ ਹੈ ਸਾਲਿਊਬਲ ਹੈ ਜਿਹੜਾ ਸੋਲਿਊਸ਼ਨ ਦਾ ਮਤਲਬ ਕੀ ਹੈ ਇਨਸਾਲਿਊਬਲ ਹੈ ਵਿੱਚ ਵਿੱਚ ਸ਼ਬਦ ਪਏ ਨੇ ਨਾ ਹੌਲੀ ਹੌਲੀ ਤੁਸੀਂ ਇਹਨਾਂ ਨੂੰ ਆਇਡੈਂਟੀਫਾਈ ਕਰਨਾ ਸਿੱਖੋ ਜੇ ਤੁਸੀਂ ਕਲਾਸਾਂ ਰੈਗੂਲਰ ਲਾਓਗੇ ਨਾ ਤਾਂ ਹੀ ਇਹਨਾਂ ਨੂੰ ਆਇਡੈਂਟੀਫਾਈ ਕਰਨਾ ਸਿੱਖੋਗੇ ਸਾਲਿਊਬਲ ਦਾ ਮਤਲਬ ਕੀ ਹੁੰਦਾ ਜਿਹੜੀ ਚੀਜ਼ ਨੂੰ ਅਸੀਂ ਸਾਲਵ ਕਰ ਲਈਏ ਇਨਸਾਲਿਊਬਲ ਦਾ ਮਤਲਬ ਜਿਹੜੀ ਚੀਜ਼ ਇੰਪਾਸੀਬਲ ਟੂ ਸਾਲਵ ਹੈ ਡਿਸਪਿਊਟੇਬਲ ਡਿਸਪਿਊਟ ਦਾ ਮਤਲਬ ਕੀ ਹੁੰਦਾ ਝਗੜਾ ਇਨਡਿਸਪਿਊਟੇਬਲ ਜਿਹੜੀ ਚੀਜ਼ ਜਿੱਥੇ ਅਸੀਂ ਲੜੀਏ ਨਾ ਜਿਹੜੀ ਚੀਜ਼ ਨਾਲ ਝਗੜਿਆ ਨਾ ਜਾ ਸਕੇ ਇਮਪਲੇਸੇਬਲ ਦਾ ਮਤਲਬ ਹੁੰਦਾ ਪਲੇਸੇਬਲ ਕੀ ਹੁੰਦਾ ਹੈਗਾ ਜਿਹਨੂੰ ਅਸੀਂ ਪਲੇਸ ਕਰਦੇ ਹਾਂ ਮਤਲਬ ਆਪਾਂ ਕਹਿੰਦੇ ਨਾ ਕਿ ਪਲੇਸ ਕਰ ਦਿਓ ਇਸ ਚੀਜ਼ ਨੂੰ ਇੱਥੇ ਪਲੇਸ ਕਰ ਦਿਓ ਇਸ ਚੀਜ਼ ਨੂੰ ਇੱਥੇ ਪਲੇਸ ਕਰ ਦਿਓ ਇਮਪਲੇਸੇਬਲ ਜਿਹਨੂੰ ਪਲੇਸ ਨਹੀਂ ਕੀਤਾ ਜਾ ਸਕਦਾ ਹਨਾ ਤਾਂ ਸਪੈਸੀਫਿਕਲੀ ਹਾਂਜੀ ਸੋਚ ਚ ਨਹੀਂ ਆਇਆ ਕੋਈ ਗੱਲ ਨਹੀਂ ਹੌਲੀ ਹੌਲੀ ਆਉਣ ਲੱਗ ਜਾਣਗੇ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਇਮਪਲੇਸੇਬਲ ਹੈ ਸੋ ਸਾਡੇ ਕੋਲ ਸ਼ਬਦ ਹੀ ਇੱਕੋ ਬਚ ਗਿਆ ਸੀ ਨਾ ਐਮਾਜ਼ਨ ਐਮਾਜ਼ਨ ਰਿਵਰ ਵੀ ਹੈ ਐਮਾਜ਼ਨ ਰਿਵਰ ਵੀ ਹੈ ਵਿਚ ਇਜ਼ ਦੋ ਹਾਂਜੀ ਐਮਾਜ਼ਨ ਰਿਵਰ ਵੀ ਆ ਠੀਕ ਹੈ ਡਨ ਚਲੋ ਅਗਲੇ ਪੁਆਇੰਟ ਤੇ ਚੱਲਦੇ ਹਾਂ ਅਗਲਾ ਕੁਐਸਚਨ ਇੰਪੋਰਟੈਂਟ ਹੈ ਪਹਿਲਾਂ ਤੁਸੀਂ ਖੁਦ ਸਟੱਡੀ ਕਰਨਾ ਐਨ ਅਨਐਕਸਪੈਕਟਡ ਪੀਸ ਆਫ ਗੁੱਡ ਫਾਰਚੂਨ ਮਤਲਬ ਅਨਐਕਸਪੈਕਟਡਲੀ ਤੁਹਾਡੀ ਕਿਸਮਤ ਦਾ ਜਾਗਣਾ ਮਤਲਬ ਤੁਸੀਂ ਕਹਿੰਦੇ ਨੇ ਵੀ ਜਦੋਂ ਦੇਣ ਵਾਲਾ ਜਦੋਂ ਵੀ ਦਿੰਦਾ ਹੈ ਨਾ ਛੱਪੜ ਪਾੜ ਕੇ ਦਿੰਦਾ ਤਾਂ ਫਾਰਚੂਨੇਟ ਫਾਰਚੂਨੇਟ ਮਤਲਬ ਤੁਹਾਡੀ ਕਿਸਮਤ ਦਾ ਅਨਐਕਸਪੈਕਟਡ ਚੀਜ਼ ਤੁਹਾਨੂੰ ਅੱਛੀ ਕੋਈ ਮਿਲ ਜਾਣੀ ਮਤਲਬ ਜਿਹਦੀ ਤੁਸੀਂ ਕਦੇ ਉਮੀਦ ਨਹੀਂ ਕੀਤੀ ਜਾਂਦੀ ਹਾਂ 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 ਠੀਕ ਹੈ ਹਾਂਜੀ ਇਹ ਚੀਜ਼ ਨੂੰ ਤੁਸੀਂ ਕੀ ਬੋਲੋਗੇ ਇਹ ਚੀਜ਼ ਨੂੰ ਤੁਸੀਂ ਕੀ ਬੋਲੋਗੇ ਦੱਸੋ ਜੀ ਆਨਸਰ ਕਰੋ ਫਾਸਟ ਕੁਇਕ ਆਨਸਰ ਕਰੋ ਬੱਚਾ 12th ਕੁਐਸਚਨ ਦਾ ਇਹ ਆਨਸਰ ਆ ਰਿਹਾ ਕਾਫੀ ਬੱਚਿਆਂ ਦਾ ਹਾਂਜੀ ਇਹ ਆਨਸਰ ਆਇਆ ਰਾਬੀਆ ਰਾਬੀਆ ਵਿੰਡਫਾਲ ਅੱਗੇ ਬੱਚੇ ਆਨਸਰ ਕਰਨਗੇ ਅਗਲੇ ਕੁਐਸਚਨ ਦਾ ਆਨਸਰ ਕਰੋਗੇ ਸੀ ਆਨਸਰ ਕਰ ਰਹੇ ਨੇ ਬੱਚੇ ਠੀਕ ਹੈ ਜੀ ਫਿਲੈਂਥ੍ਰੋਪੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਟਰਨ ਸਟਾਈਲ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਦੋ ਸ਼ਬਦ ਤਾਂ ਬਹੁਤ ਜ਼ਿਆਦਾ ਆਸਾਨ ਨੇ ਹਾਂਜੀ ਫਿਲੈਂਥ੍ਰੋਪ ਕੌਣ ਹੁੰਦੇ ਨੇ ਪਰਉਪਕਾਰ ਫਿਲੈਂਥ੍ਰੋਪੀ ਕੀ ਹੁੰਦੀ ਆ ਪਰਉਪਕਾਰਤਾ ਪਰਉਪਕਾਰ ਠੀਕ ਹੈ ਆਹ ਤੁਹਾਨੂੰ ਟਰਨ ਸਟਾਈਲ ਪਤਾ ਤੁਸੀਂ ਦੇਖੋ ਨਾ ਜਿਹੜੇ ਦਰਵਾਜ਼ੇ ਟਰਨ ਹੋ ਜਾਂਦੇ ਨੇ ਜਿਹੜੇ ਦਰਵਾਜ਼ੇ ਜਿਹੜੇ ਗੇਟ ਘੁੰਮਦੇ ਨੇ ਘੁੰਮਣ ਵਾਲੇ ਦਰਵਾਜ਼ੇ ਨੂੰ ਅਸੀਂ ਕੀ ਬੋਲਦੇ ਹਾਂ ਟਰਨ ਸਟਾਈਲ ਬੋਲਦੇ ਹਾਂ ਘੁੰਮਣ ਵਾਲੇ ਗੇਟ ਨਹੀਂ ਹੁੰਦੇ ਘੁੰਮਣ ਵਾਲੇ ਦਰਵਾਜ਼ੇ ਨੂੰ ਅਸੀਂ ਕੀ ਬੋਲਦੇ ਹਾਂ ਟਰਨ ਸਟਾਈਲ ਜਦੋਂ ਤੁਸੀਂ ਆਪਣੇ ਨਾ ਘੱਟ ਨੇ ਚੀਜ਼ਾਂ ਤਾਂ ਕਰਕੇ ਅਸੀਂ ਜ਼ਿਆਦਾਤਰ ਇਹਨਾਂ ਦੇ ਨੇਮ ਨਹੀਂ ਬੋਲਦੇ ਟਰਨ ਸਟਾਈਲ ਹੁੰਦਾ ਹੈਗਾ ਘੁੰਮਣ ਵਾਲਾ ਦਰਵਾਜ਼ਾ ਫਿਲੈਂਥ੍ਰੋਪੀ ਦਾ ਮਤਲਬ ਕੀ ਹੁੰਦਾ ਪਰਉਪਕਾਰੀ ਠੀਕ ਹੈ ਆਹ ਬੈਨੇਵੋਲੈਂਸ ਦਾ ਮਤਲਬ ਸਮਝੋ ਬੈਨੇਵੋਲੈਂਸ ਦਾ ਮਤਲਬ ਕੀ ਹੁੰਦਾ ਪਰਉਪਕਾਰੀ ਫਿਲੈਂਥ੍ਰੋਪੀ ਦਾ ਤੇ ਬੈਨੇਵੋਲੈਂਸ ਦਾ ਮਤਲਬ ਸੇਮ ਹੁੰਦਾ ਇਹ ਦਾ ਸਿਨੋਨੀਅਮ ਹੈ ਫਿਲੈਂਥ੍ਰੋਪੀ ਦਾ ਸਿਨੋਨੀਅਮ ਕੀ ਹੈ ਬੈਨੇਵੋਲੈਂਸ ਬੈਨੇਵੋਲੈਂਸ ਬਹੁਤ ਸੋਹਣਾ ਸ਼ਬਦ ਹੈ ਸਿੱਖਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਬੋਲਣ ਦੀ ਕੋਸ਼ਿਸ਼ ਕਰੋ ਬੈਨੇਵੋਲੈਂਸ ਬੈਨੇਵੋਲੈਂਸ ਦਾ ਮਤਲਬ ਕੀ ਹੈ ਪਰਉਪਕਾਰੀ ਬੈਨੇਵੋਲੈਂਸ ਦਾ ਮਤਲਬ ਕੀ ਹੈ ਪਰਉਪਕਾਰੀ ਫਿਲੈਂਥ੍ਰੋਪੀ ਦਾ ਮਤਲਬ ਕੀ ਹੈ ਫਿਲੈਂਥ੍ਰੋਪਿਸਟ ਜਿਹੜੇ ਬੰਦੇ ਪਰਉਪਕਾਰ ਹੁੰਦੇ ਨੇ ਜਿਹੜੇ ਭਲਾ ਕਰਦੇ ਨੇ ਕਿਸੇ ਦਾ ਠੀਕ ਹੈ ਤਾਂ ਫਿਰ ਸ਼ਬਦ ਤਾਂ ਇੱਕੋ ਰਹਿ ਗਿਆ ਹੁਣ ਕਿਹੜਾ ਜੀ ਵਿੰਡਫਾਲ ਕਾਫੀ ਰਿਪੀਟ ਆਏ ਵਰਡ ਸਾਡੇ ਪੇਪਰਾਂ ਦੇ ਵਿੱਚ ਵਿੰਡਫਾਲ ਕਾਫੀ ਜ਼ਿਆਦਾ ਰਿਪੀਟ ਫਾਰਮ ਦੇ ਵਿੱਚ ਜਿਹੜਾ ਸ਼ਬਦ ਹੈਗਾ ਉਹ ਪੁੱਛਿਆ ਜਾਂਦਾ ਠੀਕ ਹੈ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਹੈ ਇਹ ਚੱਕੋ ਜੀ ਸੋਲਵ ਕਰਨ ਦੀ ਕੋਸ਼ਿਸ਼ ਕਰੋ ਐਨ ਅਮਿਊਲਮੈਂਟ ਓਵਰ ਐਂਡ ਅਬਵ ਫਿਕਸਡ ਇਨਕਮ ਸੈਲਰੀ ਜੀ ਇਹ ਕੁਐਸਚਨ ਛੱਡੋ ਤੁਸੀਂ ਅਗਲਾ ਕੁਐਸਚਨ ਕਰੋ ਆਹ ਸੌਖਾ ਕੁਐਸਚਨ ਹੈ ਇਹ ਕਰੋ ਉਹ ਮੈਂ ਕਰਾ ਦੂੰ ਠੀਕ ਹੈ ਆਹ ਬਹੁਤ ਸੌਖਾ ਹੈ ਇਹ ਤੁਹਾਡਾ ਕੁਐਸਚਨ ਹੈ ਬਹੁਤ ਜ਼ਿਆਦਾ ਆਸਾਨ ਕੁਐਸਚਨ ਹੈ ਟਰਾਈ ਟੂ ਸਾਰਟ ਇਟ ਆਊਟ ਹਾਂਜੀ ਕੁਐਸਚਨਸ ਕਿੱਥੋਂ ਪਿੱਕ ਕੀਤੇ ਨੇ ਕੁਐਸਚਨਸ ਪਿੱਕ ਕੀਤੇ ਨੇ ਐਸਐਸਸੀ ਪ੍ਰੀਵੀਅਸ ਈਅਰ ਕੁਐਸਚਨਸ ਪਿੱਕ ਹੋਏ ਨੇ ਐਸਐਸਸੀ ਪ੍ਰੀਵੀਅਸ ਈਅਰ ਪੇਪਰ ਚੋਂ ਠੀਕ ਹੈ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਤੁਹਾਡਾ ਪੈਟਰਨ ਟੋਟਲੀ ਐਸਐਸਸੀ ਪ੍ਰੀਵੀਅਸ ਈਅਰ ਦਾ ਸੋ ਉੱਥੋਂ ਪਿੱਕ ਕੀਤੇ ਨੇ ਭਾਈ ਕੁਐਸਚਨਸ ਜੀ ਬੱਚਿਆਂ ਦਾ ਆਨਸਰ ਆਲਮੋਸਟ ਆਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਬਾਕੀ ਸ਼ਬਦਾਂ ਦੇ ਮੀਨਿੰਗ ਸਮਝੋ ਦਾ ਐਨੀਮਲ ਆਫ ਅ ਪਰਟੀਕੂਲਰ ਰੀਜ਼ਨ ਕਿਸੇ ਇੱਕ ਪਰਟੀਕੂਲਰ ਰੀਜ਼ਨ ਕਿਸੇ ਪਰਟੀਕੂਲਰ ਖੇਤਰ ਦੇ ਵਿੱਚ ਜਿਹੜੇ ਐਨੀਮਲਸ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਤੁਸੀਂ ਅਕਸਰ ਦੇਖਿਆ ਹੋਣਾ ਕਿ ਫਲੋਰਾ ਫੌਨਾ ਦੀਆਂ ਪ੍ਰਜਾਤੀਆਂ ਨੇ ਹਨਾ ਤੁਸੀਂ ਅਕਸਰ ਸ਼ਬਦ ਸੁਣਿਆ ਹੋਣਾ ਕਿ ਫਲੋਰਾ ਤੇ ਫੌਨਾ ਦੀਆਂ ਪ੍ਰਜਾਤੀਆਂ ਨੇ ਮਤਲਬ ਜਿਹੜੇ ਪਰਟੀਕੂਲਰ ਜਗ੍ਹਾ ਦੇ ਉੱਪਰ ਕੋਈ ਵੀ ਤਰੀਕੇ ਦੇ ਐਨੀਮਲਸ ਪਾਏ ਜਾਂਦੇ ਨੇ ਤੇ ਜਿਹੜੇ ਪਲਾਂਟਸ ਪਾਏ ਜਾਂਦੇ ਨੇ ਜਿਹੜੇ ਤਾਂ ਪਲਾਂਟਸ ਪਾਏ ਜਾਂਦੇ ਨੇ ਉਹਨਾਂ ਤਾਂ ਅਸੀਂ ਫਲੋਰਾ ਕਹਿੰਦੇ ਹਾਂ ਕਿਸੇ ਇੱਕ ਪਰਟੀਕੂਲਰ ਰੀਜ਼ਨ ਦੇ ਉੱਪਰ ਜਿਹੜੇ ਪਲਾਂਟਸ ਪਾਏ ਜਾਂਦੇ ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਫਲੋਰਾ ਬੋਲਦੇ ਹਾਂ
किसी भी एक स्पेसिफिक पर्टिकुलर रीजन दे विच जिहड़े एनिमल्स पाए जाते हैं उन्होंने असं की बोलते हैं फौना बोलते हैं। जिवें आप देखते हैं कि जिहड़ा ऊठ है वह ज्यादातर कितने पाया जाता है राजस्थान दे विच ऊठ जिहड़ा है एक पर्टिकुलर खेतर एरिया दे विच पाया जाने वाला जानवर है दैट इज फौना है ना। फ्लोरा प्लांट्स किसी पर्टिकुलर जगह पर कोई खास तरीके के बूटे उगरते हैं जू तो सारे पता है चिड़ियाघर होंगे जिथे असं अलग अलग तरीके के जानवर देखते हैं म्यूजियम तो सारे पता है। सो ये दोवें शब्दों के मीनिंग्स तो दसन की भी जरूरत नहीं तुम रेगूलरली यूज करते हो। उस तो बाद फ्लोरा फौना के जरूर ध्यान रखना है जिथे क्वेश्चन आ जाता द प्लांट्स ऑफ अ पर्टिकुलर रीजन का आंसर की आना सी फ्लोरा जिथे आंसर क्वेश्चन आ गया तो एनिमल्स ऑफ अ पर्टिकुलर रीजन का आंसर विल बी फौना। सो फ्लोरा फौना का क्वेश्चन काफी ज्यादा पूछा जाता है। हाँ जी बिल्कुल जी म्यूजियम का मतलब जैबघर होंगे ठीक है। सो जो बच्चे लेट ज्वाइन करते हैं बच्चा फिर कोई फायदा नहीं इस वेले क्लास के आने का। मैं तुम्हें सारे पर्टिकुलरली टाइम दसिया टाइम इज 6 o'clock वैन आई एम पंक्चुअल फॉर योर क्लास वाई डिडंट यू पीपल तुम तो पेपर देना है अपनी क्लास के लिए क्यों नहीं पंक्चुअल हो सकते। सो ट्राई करो कोशिश करो देखो मेरा तो कहना फर्ज है भाई है ना थोनू पता भी थोड़ा नौकरी की किन्नी जरूरत है थोड़ा पता भी थोड़ा पढ़ने की किन्नी जरूरत है असं तो एज अ टीचर सिर्फ एक गल कह सकते हैं तुम्हें पढ़ा सकते हैं बाकी तुम सियाने हो समझदार हो तो अपनी क्लास जी हैगी है। हाँ जी तो अपनी क्लास जी हैगी है वह स्पेसिफिकली देखनी है। गगन साइको वाले सर ना बीमार बहुत चल रहे हैं अज मे भी सर लैणगे क्लास ठीक है ता करके। चलो जी स्पेसिफिकली सत श्री अकाल सारे ते अपना ध्यान रखियो ते पढ़ो इन चीजा जे तुसी चाहुंदे हो भी अज थोड़ा हाँ हाँ मेरी डेली क्लास होंदी हैगी किदण दी क्लास होंदी अप्रोक्सीमेट सत्तवीं अठवीं क्लास है मेरी वोकैबलरी दी है ना तो डेली 6 to 7 जिहड़ी मेरी क्लास है इत्थे पर्टिकुलरली डेली होंदी है पीडीएफ जरूर मिलेगी सारा कुछ मिलेगा बट यू पीपल डोंट ट्राई टू स्टडी तुसी कोशिश भी नहीं करते है ना जे कोशिश करोगे तो सब कुछ होगा बच्चा क्यों नहीं होगा ठीक है ना। होने वाली चीज थोड़ा कोई आए थोड़ा भी कोई अड अवतार धारण करते हैं जो अंग्रेजी सीखते हैं थोड़े वर्गे जवाक ही सीखते नहीं थोड़े वर्गे बच्चे ही सीखते नहीं तो इन्होंने चीजों के उपर जोर लाओ और इन्होंने चीजों को ध्यान पढ़ो ठीक है। सत श्री अकाल सारे।